ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਕਿਸੇ ਵੇਲੇ ਅਸੀਂ ਸੁਣਦੇ ਹੁੰਦੇ ਸੀ ਪੰਜਾਬ ਖੁਸ਼ਹਾਲ ਹੈ, ਪੰਜਾਬ ਦੀ ਤੁਲਨਾ ਬਾਕੀ ਸੂਬਿਆਂ ਦੇ ਨਾਲ ਹੁੰਦੇ ਸੀ ਅਤੇ ਇਹ ਉਦਾਹਰਣ ਦਿੱਤੀ ਜਾਂਦੀ ਸੀ ਪੰਜਾਬ ਵਰਗੇ ਬਣੋ, ਪੰਜਾਬ ਵਰਗਾ ਅਮੀਰ ਸੂਬਾ ਕੋਈ ਨਹੀਂ ਹੈਗਾ, ਖੁਸ਼ਹਾਲੀ ਵੱਲ ਵੱਧਦਾ ਪੰਜਾਬ, ਹਰਿਆ ਭਰਿਆ ਪੰਜਾਬ, ਬਹੁਤ ਕੁਛ ਇਹੋ ਜਿਹਾ ਸੁਣਦੇ ਸੀ ਅਸੀਂ। ਹੁਣ ਪਾਣੀ ਹਵਾ ਖਰਾਬ ਅਤੇ ਹਾਈ ਕੋਰਟ ਹੈ ਜਿਹੜਾ ਉਹ ਇੰਟਰਵੀਨ ਕਰ ਰਿਹਾ ਹੈਗਾ ਹਰ ਮਸਲੇ ਦੇ ਉੱਤੇ, ਪਰ ਇਸ ਸਭ ਦੇ ਵਿਚਾਲੇ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਵੱਲ ਵੱਧ ਰਿਹਾ ਹੈਗਾ। ਆਨ ਐਲਾਨੀ ਜਿਹੜੀ ਵਿੱਤੀ ਐਮਰਜੈਂਸੀ ਹੈ ਉਸਦਾ ਨਾਮ ਦਿੱਤਾ ਜਾ ਰਿਹਾ ਹੈਗਾ। ਵਿਰੋਧੀ ਹੈ ਜਿਹੜੇ ਉਹ ਖਜ਼ਾਨਾ ਮੰਤਰੀ ਨੂੰ ਘੇਰ ਰਹੇ ਹੈਗੇ ਆ, ਪੰਜਾਬ ਸਰਕਾਰ ਨੂੰ ਘੇਰ ਰਿਹਾ, ਮੁਲਾਜ਼ਮ ਜਥੇਬੰਦੀਆਂ, ਕਿਸਾਨ ਆਗੂ ਅਤੇ ਹੋਰ ਵਰਗ ਹੈ ਜਿਹੜਾ ਉਹ ਸੜਕਾਂ 'ਤੇ ਨਿਤਰਿਆ ਹੋਇਆ। ਅਤੇ ਇਸ ਸਭ ਦੇ ਵਿਚਾਲੇ ਪੰਜਾਬ ਸਰਕਾਰ ਨੇ ਸਵਾਲ ਰੱਖਦਾ ਹੈਗਾ ਕਿ ਜਿਹੜੇ ਗੈਰ ਭਾਜਪਾ ਸੂਬੇ ਹੈਗੇ ਉਹਨਾਂ ਨੂੰ GST ਰਿਫੰਡ ਨਹੀਂ ਮਿਲ ਰਿਹਾ, ਇਸ ਕਰਕੇ ਹਾਲਤ ਪਤਲੀ ਹੋਈ ਪਈ ਹੈ। ਸਵਾਲ ਬਹੁਤ ਸਾਰੇ ਹੈਗੇ ਆ ਜਹਿਨ ਦੇ ਵਿੱਚ, ਤੁਹਾਡੇ ਵੀ ਅਤੇ ਮੇਰੇ ਵੀ, ਪਰ ਇੱਕੋ ਸਵਾਲ ਹੈ ਜਿਹੜਾ ਉਹ ਹਰ ਪੰਜਾਬੀ ਪੁੱਛਣਾ ਚਾਹੁੰਦਾ ਕਿ ਪੰਜਾਬ ਨੂੰ ਕਿਹੜੀ ਸਿਉਂਕ ਲੱਗੀ ਹੈ। ਅੱਜ ਚਰਚਾ ਕਿਉਂ ਕਰ ਰਹੇ ਤੁਹਾਨੂੰ ਦੱਸੀਏ, GST ਰਿਫੰਡ 'ਤੇ ਗੈਰ ਭਾਜਪਾ ਸੂਬੇ ਕੇਂਦਰ ਸਰਕਾਰ ਤੋਂ ਨਾਰਾਜ਼ ਨੇ। ਪੰਜਾਬ ਸਣੇ ਗੈਰ ਭਾਜਪਾ ਸੂਬਿਆਂ ਦੇ 6 ਖਜ਼ਾਨਾ ਮੰਤਰੀ ਦਿੱਲੀ ਪੁੱਜੇ, ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਅੱਗੇ ਮੁੱਦਾ ਚੁੱਕਿਆ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਉੱਥੋਂ ਬਿਆਨ ਆਇਆ ਦਿੱਲੀ ਤੋਂ ਕਿ ਬਕਾਇਆ ਮਿਲਣ ਦਾ ਭਰੋਸਾ ਮਿਲਿਆ ਹੈਗਾ। ਲੋਕ ਸਭਾ ਵਿੱਚ ਵੀ ਗੂੰਜਿਆ ਪੰਜਾਬ ਦੇ GST ਰਿਫੰਡ ਦਾ ਮੁੱਦਾ, ਗੈਰ ਭਾਜਪਾ ਸੂਬਿਆਂ ਨਾਲ ਕੇਂਦਰ ਸਰਕਾਰ ਵਿਤਕਰਾ ਕਰ ਰਹੀ ਹੈ। ਸੰਤੋਖ ਚੌਧਰੀ ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਵਿੱਚ ਇਹ ਬਿਆਨ ਦੇ ਰਿਹਾ, ਪੰਜਾਬ ਵਿੱਚ ਤਨਖਾਹਾਂ 'ਚ ਦੇਰੀ ਹੋ ਰਹੀ ਹੈ, ਕਰੋੜਾਂ ਰੁਪਏ ਦੇ ਬਿੱਲ ਪੈਂਡਿੰਗ ਪਏ ਆ। ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ, ਕਹਿੰਦੇ ਸੂਬੇ ਦਾ ਖਜ਼ਾਨਾ ਮੰਤਰੀ ਫੇਲ ਹੈ। ਬਿਆਨਬਾਜ਼ੀਆਂ ਕੀ ਹੋ ਰਹੀਆਂ ਪਹਿਲਾਂ ਸੁਣ ਲਈਏ। ਤੋ ਹਮਨੇ ਉਨਕੋ ਆਪਣੇ ਜੋ ਸਟੇਟਸ ਕੀ ਜੋ ਮੁਸ਼ਕਿਲਾਂ ਹੈ ਕਿ ਹਮਨੇ ਹਮ ਜੇਲੇ ਬੰਦ ਨਹੀਂ ਕਰ ਸਕਤੇ, ਹਮ ਆਪਣੇ ਹਸਪਤਾਲ ਬੰਦ ਨਹੀਂ ਕਰ ਸਕਤੇ, ਹਮ ਆਪਣੀ ਸੋਸ਼ਲ ਸਿਕਿਉਰਿਟੀ ਕੀ ਜੋ ਪੈਨਸ਼ਨਸ ਹੈ ਵੋ ਬੰਦ ਨਹੀਂ ਕਰ ਸਕਤੇ, ਔਰ ਕੰਪਨਸੇਸ਼ਨ ਯੇ ਇਹ ਕਾਨੂੰਨ ਕਾ ਔਰ ਇਸ ਸੰਵਿਧਾਨ ਕਾ ਆਇਨ ਕਾ ਹਿੱਸਾ ਹੈ, ਇਟ ਇਜ਼ ਗਵਰਨਮੈਂਟ ਆਫ ਇੰਡੀਆ ਇਜ਼ ਅੰਡਰ ਓਬਲੀਗੇਸ਼ਨ ਟੂ ਪੇ। ਹਮੇ ਰੋਜ਼ ਰੋਜ਼ ਦਿੱਲੀ ਆਉਣਾ ਅੱਛਾ ਨਹੀਂ ਲੱਗਤਾ, ਹਮਨੇ ਆਪਣੀ ਫਾਈਨੈਂਸ਼ੀਅਲ ਸੋਵਰੇਨਿਟੀ ਜੋ ਗਵਰਨਮੈਂਟ ਆਫ ਇੰਡੀਆ ਕੇ ਹਵਾਲੇ ਕਰ ਦੀ ਹੈ, ਬਟ ਯਹਾਂ ਆਉਣਾ ਇਹ ਹਮਾਰੇ ਲੀਏ ਵੀ ਇੱਕ ਕਿਸਮ ਕੀ ਜ਼ਿਲਤ ਤੋਂ ਨਹੀਂ ਕਹੂੰਗਾ, ਬਟ ਸ਼ਰਮਿੰਦਗੀ ਤੋਂ ਹੈ ਕਿ ਪੈਸੇ ਮੰਗਣੇ ਆ ਗਏ। ਇੱਕ ਤਰਫ ਤੋਂ GST ਕੇ ਵਜਹ ਸੇ ਇਤਨਾ ਉਦਯੋਗ ਮੇਂ ਭਾਰੀ ਨੁਕਸਾਨ ਹੋ ਰਹਾ ਹੈ, ਦੂਸਰੀ ਤਰਫ ਕੇਂਦਰ ਸਰਕਾਰ ਜੋ ਨਾਨ BJP ਗਵਰਨਮੈਂਟਸ ਹੈ ਉਨਕੇ ਸਾਥ ਭੇਦਭਾਵ ਕਰ ਰਹੀ ਹੈ, ਕਿਉਂਕਿ ਅਗਸਤ ਸਤੰਬਰ ਸੇ ਲੇਕਰ ਪੰਜਾਬ ਸਰਕਾਰ ਕਾ ਜੋ GST ਕੰਪਨਸੇਸ਼ਨ ਹੈ ਵੋ 4,100 ਕਰੋੜ ਰੁਪਏ ਪੈਂਡਿੰਗ ਹੈ, ਜੋ ਰਿਲੀਜ਼ ਨਹੀਂ ਹੋ ਰਿਹਾ, ਜਿਸ ਕੀ ਵਜਹ ਸੇ ਪੰਜਾਬ ਕਾ ਜੋ ਡੇ ਟੂ ਡੇ ਜੋ ਫਾਈਨੈਂਸ਼ੀਅਲ ਜੋ ਕਾਮ ਹੈ ਵੋ ਵੀ ਰੁਕਤਾ ਜਾ ਰਿਹਾ ਹੈ। ਕੋਈ ਵਿੱਤੀ ਸੰਕਲ ਨਹੀਂ ਇਹਨਾਂ ਨੇ ਆਪ ਕੀਤਾ ਹੈ, ਸ਼ਰਾਬ ਦੀ ਰੈਵਨਿਊ ਘਟਾਤੀ ਹੈ, ਜਿੰਨੀਆਂ ਸੋਰਸਿਸ ਜਾਣ ਕੇ ਇਕੱਠੇ ਨਹੀਂ ਕਰ ਰਹੇ, ਜੇ ਨਾਲ ਦਾ ਸੂਬਾ 34% ਗਰੋਥ ਸ਼ੋ ਕਰਦਾ, ਜੇ ਅਖਬਾਰ ਪੜ੍ਹੋ 34% ਹਰਿਆਣੇ ਦੀ ਗਰੋਥ ਹੈ GST ਦੀ, ਅਤੇ ਆਪਣੀ 34% ਘੱਟ ਹੈ। ਘੱਟ ਕਿਉਂਕਿ ਆਪਣੇ ਐਸ਼ ਪ੍ਰਸਤ ਸਰਕਾਰ ਬਣ ਗਈ, ਕੋਈ ਪ੍ਰਵਾਹ ਕਰਦੀ ਨਹੀਂ, ਆਪਣੀ ਕੀਤੀ ਹੋਈ ਉਹਨਾਂ ਦੀ ਕਮਜ਼ੋਰੀਆਂ। ਮਨਪ੍ਰੀਤ ਬਾਦਲ ਉੱਥੇ ਮਿਲਣ ਗਏ ਨੇ GST ਲਈ, ਅਤੇ ਕੀ ਉਹਨਾਂ ਨੂੰ ਕੋਈ ਮਿਲ ਪਾਇਆ? ਮੈਂ ਮਨਪ੍ਰੀਤ ਬਾਦਲ ਨੂੰ ਬੇਨਤੀ ਕਰਦਾ, ਪਹਿਲੇ ਆਪਣਾ ਘਰ ਸੰਭਾਲੋ, ਜੇ ਆਪ ਹੀ ਤੁਸੀਂ ਟਿੱਕਾ ਤੋੜਨਾ ਨਹੀਂ ਤੇ ਲੋਕਾਂ ਨੂੰ ਕੀ ਮੰਨਦੇ ਹੋ? ਕਿਉਂਕਿ ਜਦੋਂ ਕੈਪਟਨ ਸਾਹਿਬ 2002 ਤੋਂ ਲੈ ਕੇ 2007 ਤੱਕ CM ਪੰਜਾਬ ਦੇ ਰਹੇ ਨੇ, ਇਹਨਾਂ ਦੇ ਉਸ ਸਮੇਂ ਦੇ ਰਾਜ ਦੇ ਵਿੱਚ ਲਗਭਗ 47,000 ਕਰੋੜ ਰੁਪਈਆ ਪੰਜਾਬ ਸਰਕਾਰ ਤੇ ਚੜਿਆ ਸੀਗਾ, 5 ਸਾਲਾਂ ਦੇ ਭਰਤ ਪਿਛਲੇ ਰਾਜ ਲਗਭਗ 47,000 ਕਰੋੜ ਰੁਪਏ ਚੜਿਆ, ਹੁਣ ਵੀ ਲਗਾਤਾਰ ਪੰਜਾਬ ਤੇ ਕਰਜ਼ਾ ਚੜ ਰਿਹਾ, ਇਹਦਾ ਦੋਸ਼ੀ ਕੌਣ ਆ ਕੈਪਟਨ ਸਾਹਿਬ ਨੇ? ਕਿਉਂਕਿ 1992 ਤੱਕ ਪੰਜਾਬ ਦੇ ਉੱਤੇ ਲਗਭਗ 8,000 ਕਰੋੜ ਦਾ ਕਰਜ਼ਾ ਸੀਗਾ, ਔਰ 92 ਤੋਂ ਬਾਅਦ ਲਗਭਗ 2,50,000 ਕਰੋੜ ਦਾ ਹੁਣ ਤੱਕ ਕਰਜ਼ਾ ਹੋ ਰਿਹਾ, ਕਰਜ਼ਾ ਲਗਾਤਾਰ ਜਾਰੀ ਆ, ਔਰ ਮੇਰਾ ਕਹਿਣ ਦਾ ਭਾਵ ਆ ਪੰਜਾਬ ਵਿੱਚ ਕੁਛ ਨਹੀਂ ਬਦਲਿਆ, ਔਰ ਪੰਜਾਬ ਕਰਜ਼ੇ 'ਚ ਡੁੱਬਿਆ ਪਿਆ ਪੰਜਾਬ, ਅਤੇ ਜਦੋਂ ਕਿਸੇ ਨਵੇਂ ਬੱਚੇ ਦਾ ਜਨਮ ਹੁੰਦਾ ਅਤੇ ਉਹ ਕਰਜ਼ੇ ਦੀ ਪੰਡ ਲੈ ਕੇ ਜੰਮਦਾ ਪਿਆ ਹੈਗਾ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਾਂਗੇ ਕਿ ਪੰਜਾਬ ਦਾ ਖਜ਼ਾਨਾ ਖਾਲੀ ਕਰਨ ਲਈ ਕੌਣ ਕਿੰਨਾ ਜ਼ਿੰਮੇਵਾਰ ਹੈ? ਕਿ ਇਸ ਸਵਾਲ 'ਤੇ ਅਸੀਂ ਚਰਚਾ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਤੁਹਾਡਾ ਤਾਰਫ ਕਰਾ ਰਿਹਾ, ਡਾਕਟਰ ਰਾਜੀਵ ਖੋਸਲਾ ਅਰਥ ਸ਼ਾਸਤਰੀ ਨੇ ਅਤੇ ਇਹ ਐਸੋਸੀਏਟ ਪ੍ਰੋਫੈਸਰ ਨੇ, ਬੜਾ ਲੰਬਾ ਤਜਰਬਾ ਇਹਨਾਂ, ਤਕਰੀਬਨ 17 ਸਾਲ ਦਾ ਤਜਰਬਾ ਹੋਊਗਾ ਇਹਨਾਂ ਦਾ, ਖੋਸਲਾ ਸਾਹਿਬ ਦਾ। ਇਹਨਾਂ ਨੂੰ ਅਸੀਂ ਅਰਥਚਾਰੇ ਦੇ ਬਾਰੇ ਇਹਨਾਂ ਕੋਲੋਂ ਸਮਝਣਾ ਹੈਗਾ ਕਿ ਇਕੱਲਾ ਪੰਜਾਬ ਅਰਥਚਾਲੇ ਰੋ ਰਿਹਾ ਹੈਗਾ ਜਾਂ ਪੂਰੇ ਦੇਸ਼ ਦਾ ਇਹ ਹਾਲ ਹੈਗਾ, ਜੇ ਹਾਲ ਹੋਇਆ ਮੰਦੀ ਦਾ ਤਾਂ ਕਿਉਂ ਹੋਇਆ? ਖੋਸਲਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਪਿਆਰਲਾ ਗਰਗ ਅਕਸਰ ਕਹਿੰਦੇ ਆ ਕਿ ਸਾਡੇ ਕੋਲ ਬਹੁਤ ਸਾਰੀਆਂ ਯੋਜਨਾਵਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਜਾ ਕੇ ਅਸੀਂ ਜਿਹੜੇ ਸਾਡੇ ਸਰੋਤ ਹੈਗੇ, ਕੁਦਰਤੀ ਸਰੋਤ ਹੈਗੇ, ਉਹਨਾਂ ਦਾ ਅਸੀਂ ਲਾਹਾ ਲੈ ਸਕਦੇ ਹਾਂ, ਪਰ ਕੁਦਰਤੀ ਸਰੋਤਾਂ ਦੀ ਤਾਂ ਲੁੱਟ ਹੋ ਰਹੀ ਹੈ। ਜਦੋਂ ਕੁਦਰਤੀ ਸਰੋਤਾਂ ਦੀ ਲੁੱਟ ਹੋਵੇ ਤਾਂ ਫਿਰ ਪੰਜਾਬ ਦਾ ਖਜ਼ਾਨਾ
ਭਰੇਗਾ ਕਿਵੇਂ। ਇਹ ਉਹੀ ਪੰਜਾਬ ਹੈ ਜਿਸ ਦੇ ਗੁਣ ਅਸੀਂ ਗਾਉਂਦੇ ਰਹੇ ਹਾਂ, ਪੰਜਾਬ ਖੁਸ਼ਹਾਲ ਹੈ। ਡਾਕਟਰ ਗਰਗ ਤੋਂ ਸਮਝਾਂਗੇ ਹੁਣ ਖੁਸ਼ਹਾਲ ਹੈ ਕਿ ਨਹੀਂ। ਡਾਕਟਰ ਗਰਗ, ਤੁਹਾਡਾ ਬਹੁਤ ਸਵਾਗਤ ਹੈ। ਗੁਰਪ੍ਰੀਤ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਬੁਲਾਰੇ, ਉਹਨਾਂ ਨੇ ਆਉਣਾ ਸੀਗਾ ਐਨ ਮੌਕੇ 'ਤੇ, ਕਹਿੰਦੇ ਮੈਂ ਨਹੀਂ ਆ ਸਕਦਾ। ਇਸ ਤੋਂ ਪਹਿਲਾਂ ਕਾਂਗਰਸ ਨੇ ਮਨਾ ਕਰ ਦਿੱਤਾ ਆਉਣ ਤੋਂ, ਅਤੇ ਅਕਾਲੀ ਦਲ ਨੂੰ ਅਸੀਂ ਸੱਦਿਆ ਨਹੀਂ ਸੀ। ਅਸੀਂ ਕਿਹਾ ਸੀ ਚਲੋ ਬੀਜੇਪੀ ਆ ਰਹੀ ਹੈ ਅਤੇ ਚਲੋ ਸਾਨੂੰ ਲੋੜ ਨਹੀਂ ਅਕਾਲੀ ਦਲ ਦੀ, ਪਰ ਮੈਨੂੰ ਲੱਗਦਾ ਅਕਾਲੀ ਦਲ ਨੂੰ ਵੀ ਸਾਥ ਲੈਣਾ ਚਾਹੀਦਾ ਸੀਗਾ, ਕਿਉਂਕਿ ਉਹਨਾਂ 'ਤੇ ਵੀ ਸਵਾਲ ਬੜੇ ਉੱਠਦੇ ਹੈਗੇ ਆ। ਪਰ ਉਹ ਨਹੀਂ ਆਏ, ਚਲੋ ਡਿਬੇਟ ਤੋਂ ਜੇ ਭੱਜ ਗਏ ਹੈਗੇ ਆ, ਪਰ ਜਨਤਾ ਭੱਜਣ ਨਹੀਂ ਦਿੰਦੀ ਹੁੰਦੀ। ਵੋਟ ਪਾਉਣ ਲੱਗੇ ਦੱਸੂਗੀ ਭੱਜਦੇ ਕਿੱਥੇ ਹੋ। ਕੁਲਜਿੰਦਰ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਦੇ ਬੁਲਾਰੇ ਆ। ਢੀਂਡਸਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਇਹ ਪੰਜਾਬ ਵਿੱਚ ਮੁੱਖ ਵਿਰੋਧੀ ਧੁਰ ਹੈ, ਇਸ ਕਰਕੇ ਇਹਨਾਂ ਨੂੰ ਸੱਦਿਆ, ਅਤੇ ਬਾਕੀ ਨੋਨ ਬੀਜੇਪੀ ਸਟੇਟ ਹੈ ਜਿਹੜੀ, ਉਸ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਾਜ ਹੈ, ਇਸ ਕਰਕੇ ਮਿਸਟਰ ਢੀਂਡਸਾ ਨੂੰ ਬੁਲਾਇਆ। ਢੀਂਡਸਾ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ, ਨਾਲੇ ਵਕੀਲ ਵੀ ਹੈਗੇ ਆ। ਸਭ ਤੋਂ ਪਹਿਲਾਂ ਸਵਾਲ ਮੈਂ ਕੁਲਜਿੰਦਰ ਢੀਂਡਸਾ ਤੁਹਾਨੂੰ ਕਰਨਾ ਚਾਹੂੰਗਾ, ਪੰਜਾਬ ਦਾ ਖਜ਼ਾਨਾ ਖਾਲੀ ਕਿਉਂ ਹੋ ਰਿਹਾ? ਦੇਖੋ ਕੇ ਪੀ ਜੀ, ਅੱਜ ਤੁਸੀਂ ਜੀ ਐੱਸ ਟੀ ਦੇ ਮੁੱਦੇ 'ਤੇ ਜਿਹੜੀ ਡਿਬੇਟ ਰੱਖੀ ਆ, ਇਹ ਜਦੋਂ ਇਹਦਾ ਮਤਲਬ ਹੈ ਗੁੱਡਸ ਐਂਡ ਸਰਵਿਸਿਜ਼ ਟੈਕਸ, ਇਹਨੂੰ ਕਿਸੇ ਨੇ ਸਿੰਪਲ ਟੈਕਸ ਕਿਹਾ, ਕਿਸੇ ਨੇ ਗੱਬਰ ਸਿੰਘ ਟੈਕਸ ਕਿਹਾ, ਕਿਸੇ ਨੇ ਕਿਹਾ ਕਿ ਰਾਤੋ ਰਾਤੀ ਇਹ ਜਲਦਬਾਜ਼ੀ 'ਚ ਚੁੱਕਿਆ ਕਦਮ ਹੈ ਜਿਹਦੀ ਇੰਪਲੀਮੈਂਟੇਸ਼ਨ ਤਰੀਕੇ ਨਾਲ ਨਹੀਂ ਕੀਤੀ ਗਈ। ਇਹ ਸਾਰੀਆਂ ਗੱਲਾਂ ਤਾਂ ਇੰਪਲੀਮੈਂਟੇਸ਼ਨ ਕਰਨ ਤੋਂ ਪਹਿਲਾਂ ਸੈਂਟਰ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਸੀ। ਪੰਜਾਬ 'ਤੇ ਜਾਂ ਬਾਕੀ ਸੂਬਿਆਂ 'ਤੇ ਇਹਦਾ ਕੀ ਅਸਰ ਹੋਇਆ, ਇਹ ਆਪਾਂ ਅੱਜ ਦਾ ਇਕੱਲੇ ਅੱਜ ਦੀ ਡਿਬੇਟ ਨਹੀਂ ਹੈਗੀ, ਇਹ ਕਾਫੀ ਟਾਈਮ ਤੋਂ ਜਦੋਂ ਦਾ 2017 ਤੋਂ ਜੀ ਐੱਸ ਟੀ ਲਾਗੂ ਹੋਇਆ ਉਦੋਂ ਦੇ ਆਪਾਂ ਦੇਖਦੇ ਆ ਰਹੇ, ਕੰਪਲੀਕੇਸ਼ਨਸ ਬਹੁਤ ਜ਼ਿਆਦਾ ਆ ਰਹੀਆਂ ਨੇ। ਡੇ ਟੂ ਡੇ ਮੀਟਿੰਗਸ ਹੁੰਦੀਆਂ ਨੇ, ਇਹਨੂੰ ਰਿਵਿਊ ਕੀਤਾ ਜਾਂਦਾ, ਇਹਦੇ ਬਾਰੇ ਸੋਚਦੇ ਨੇ, ਕਦੇ ਟੈਕਸ ਘਟਾ ਦਿੰਦੇ ਨੇ, ਕਦੇ ਵਧਾ ਦਿੰਦੇ ਨੇ, ਮਤਲਬ ਇਹ ਉਲਝਣਬਾਜ਼ੀ 'ਚ ਇੱਕ ਸਟੇਟਸ ਨੂੰ ਪਾਇਆ ਗਿਆ ਜਿਹੜਾ ਕੇਂਦਰ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ। ਬਿਲਕੁਲ ਬਿਲਕੁਲ, ਬਿਨਾਂ ਸੋਚਿਆ ਸਮਝਿਆ ਰਾਤ ਦੇ 12 ਵਜੇ ਜੀ ਐੱਸ ਟੀ ਲਾਗੂ ਕਰਕੇ ਇਹਨਾਂ ਨੇ ਕੋਈ ਤੀਰ ਨਹੀਂ ਮਾਰਿਆ, ਇਹ ਸੂਬਿਆਂ ਨੂੰ ਇੱਕ ਡਿਸਟਰਬ ਕੀਤਾ, ਉਹਨਾਂ ਦੀ ਇਕਨੋਮੀ 'ਤੇ ਇਫੈਕਟ ਪਾਇਆ, ਉਹਨਾਂ ਦੇ ਜਿਹੜੇ ਚਾਲ ਚੱਲਣ ਸੀਗੇ, ਰੋਜ਼ ਦੇ ਖਰਚੇ ਸੀਗੇ, ਉਹਨਾਂ ਨੂੰ ਉਹਨਾਂ ਨੇ ਵਿਦਹੈਲਡ ਕਰਕੇ ਰੱਖਿਆ ਹੋਇਆ। ਅਤੇ ਅੱਜ ਉਹ ਗੈਰ ਜਿਹੜੀ ਬੀਜੇਪੀ ਸਰਕਾਰਾਂ ਨੇ ਉਹ ਜਾਂਦੀਆਂ ਨੇ ਉਸ ਭਿਖਾਰੀ ਦੀ। ਤੁਸੀਂ ਪਾਰਟੀ ਵੱਲੋਂ ਬੋਲ ਰਹੇ ਹੋ ਜਾਂ ਕਾਂਗਰਸ ਵੱਲੋਂ ਬੋਲ ਰਹੇ ਹੋ? ਦੇਖੋ ਮੈਨੂੰ ਇਹ ਲੱਗਦਾ ਪਿਆ ਕਿ ਜਦੋਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਸਵਾਲ ਕੀਤਾ ਜਾਂਦਾ ਸੀ ਤਾਂ ਜੀ ਐੱਸ ਟੀ ਦੇ ਸੋਲੇ ਉਹਨਾਂ ਨੂੰ ਵੀ ਬਹੁਤ ਗਾਏ ਆ, ਸਦਨ ਵਿੱਚ ਖੜ ਕੇ ਵੀ ਗਾਏ ਆ, ਸ਼ਾਇਦ ਤੁਸੀਂ ਭੁੱਲ ਜਾਂਦੇ ਹੋ ਮੈਨੂੰ ਲੱਗਦਾ। ਜੀ ਐੱਸ ਟੀ ਨੂੰ ਹਰ ਸਰਕਾਰ ਲੈ ਕੇ ਆਉਣਾ ਚਾਹੁੰਦੀ ਸੀ, ਇਹ ਨਹੀਂ ਹੈ ਕਿ ਇਕੱਲੀ ਬੀਜੇਪੀ ਲੈ ਕੇ ਹੀ ਹੈ, ਇਹ 2000 ਤੋਂ ਸ਼ੁਰੂ ਹੋਇਆ ਪ੍ਰੋਸੈਸ ਇਹਦਾ। ਜੀ ਐੱਸ ਟੀ ਦੇ ਅਲੱਗ ਅਲੱਗ ਕਮੇਟੀਜ਼ ਦੀ ਮੀਟਿੰਗਸ ਵੀ ਹੋਈਆਂ, ਇਹਨੂੰ ਸਿੰਪਲੀਫਾਈ ਕਰਨ ਵਾਸਤੇ ਡਿਲੇ ਹੁੰਦਾ ਰਿਹਾ, ਰਾਜ ਸਭਾ 'ਚ ਪਾਸ ਨਹੀਂ ਹੋਇਆ ਸੀ, ਪਰ ਬੀਜੇਪੀ ਨੇ ਇਹਦਾ ਕ੍ਰੈਡਿਟ ਲੈਣ ਵਾਸਤੇ ਬਿਨਾਂ ਸੋਚੇ ਸਮਝੇ ਰਾਤੋ ਰਾਤ ਪਾਰਿਤ ਕਰਕੇ ਅੱਜ ਲੋਕਾਂ ਦੇ ਸਾਹਮਣੇ ਇਹੋ ਜਿਹੀ ਮੁਸ਼ਕਲ ਪੈਦਾ ਕੀਤੀ ਹੋਈ ਹੈ ਕਿ 3 ਸਾਲ ਹੋਣ ਵਾਲੇ ਆ ਜੀ ਐੱਸ ਟੀ ਹਜੇ ਤੱਕ ਇਹਨੂੰ ਸਿੰਪਲੀਫਾਈ ਪ੍ਰੋਸੀਜਰ ਇਹਦਾ ਨਹੀਂ ਹੋ ਚੁੱਕਾ। ਚਲੋ ਠੀਕ ਠੀਕ ਹੈ, ਮੈਂ ਆਊਂਗਾ ਵਾਪਸ ਆਊਂਗਾ ਤੁਹਾਡੇ ਕੋਲ। ਡਾਕਟਰ ਖੋਸਲਾ ਜੀ, ਮੈਂ ਪੰਜਾਬ ਦੇ ਖਜ਼ਾਨੇ ਦੀ ਗੱਲ ਨਹੀਂ ਕਰ ਰਿਹਾ ਗਾ, ਮੈਂ ਪੂਰੇ ਦੇਸ਼ ਦੀ ਖਜ਼ਾਨੇ ਦੀ ਗੱਲ ਕਰ ਰਿਹਾ, ਅਤੇ ਉਸਦਾ ਪੰਜਾਬ ਵੀ ਹਿੱਸੇਦਾਰ ਹੈਗਾ। ਜਿਹੜੇ ਨੋਨ ਬੀਜੇਪੀ ਸਟੇਟ ਹੈਗੇ ਆ, ਉਹ ਇਹ ਰੋਲਾ ਕਿਉਂ ਪਾ ਰਹੇ ਆ? ਉਸ ਰੋਲੇ ਦੀ ਕੋਈ ਵਜ੍ਹਾ ਹੈ ਜਾਂ ਇਹ ਜਾਣਬੁੱਝ ਕੇ ਇੱਕ ਸਿਆਸਤ ਕੀਤੀ ਜਾ ਰਹੀ ਹੈ? ਨਹੀਂ ਜੀ, ਇਹ ਗੱਲ ਸਿਰਫ ਨੋਨ ਬੀਜੇਪੀ ਜਾਂ ਕਾਂਗਰਸ ਜਾਂ ਜਾਂ ਜਿਹੜੇ ਸਟੇਟਸ ਦੇ ਵਿੱਚ ਬੀਜੇਪੀ ਰਾਜ ਨਹੀਂ ਕਰ ਰਹੀ ਉਹਨਾਂ ਤੱਕ ਸੀਮਤ ਨਹੀਂ ਹੈਗੀ। ਜਿਹੜਾ ਮੁੱਦਾ ਹੈ ਇਹ ਜ਼ਿਆਦਾ ਗੰਭੀਰ ਹੈ। ਸਾਨੂੰ ਇਹ ਸਮਝਣਾ ਪਏਗਾ ਕਿ ਸਾਡੀਆਂ ਜਿਹੜੀਆਂ ਨੀਤੀਆਂ ਨੇ, ਪਿਛਲੇ ਸਰ ਨੇ ਜਿੱਦਾਂ ਢੀਂਡਸਾ ਸਾਹਿਬ ਨੇ ਗੱਲ ਕੀਤੀ ਹੈ ਜੀ ਐੱਸ ਟੀ ਦੀ, ਜੇ ਆਪਾਂ ਉਸ ਤੋਂ ਇੱਕ ਪਹਿਲਾਂ ਕਦਮ ਦੇਖ ਲਈਏ 2016 ਵਾਲਾ, ਜਿਹਨੂੰ 3 ਸਾਲ ਹੋ ਗਏ ਨੇ 8 ਨਵੰਬਰ ਨੂੰ 2016 ਦੇ ਵਿੱਚ ਡੀਮੋਨੀਟਾਈਜੇਸ਼ਨ ਜਿਹੜਾ ਹੋਇਆ ਸੀਗਾ, ਵਿਮੁਦਰੀਕਰਨ ਜਿਹੜਾ ਹੋਇਆ ਸੀ, ਪ੍ਰੋਬਲਮਸ ਉੱਥੋਂ ਦੀ ਸ਼ੁਰੂ ਹੋਈਆਂ ਨੇ। ਸਿਰਫ ਜੀ ਐੱਸ ਟੀ ਨੂੰ ਜੀ ਐੱਸ ਟੀ ਨੇ ਤਬਾਹ ਕੀਤਾ ਉਹ ਤਾਂ ਠੀਕ ਹੈ, ਓਵਰਆਲ ਹੋਇਆ ਕੀ ਹੈ ਕਿ ਸਾਡਾ ਜਿਹੜਾ ਬੋਟਮ ਆਫ ਦਾ ਪਿਰਾਮਿਡ, ਜਿਹਦੇ ਬਾਰੇ ਸਾਡੇ ਜਿਹੜੇ ਅੰਕੜੇ ਹੈ ਉਹ ਵੀ ਨਹੀਂ ਦੱਸ ਰਹੇ, ਅਨਔਰਗਨਾਈਜ਼ਡ ਸੈਕਟਰ ਜਿਹੜਾ ਹੈ ਸਾਡਾ ਉਹ ਹਿੱਟ ਹੋਇਆ। ਸਭ ਤੋਂ ਜ਼ਿਆਦਾ ਸਾਡੀ ਪ੍ਰੋਬਲਮ ਉੱਥੇ ਹੈ, ਜਿਹਨੂੰ ਐਡਰੈਸ ਵੀ ਨਹੀਂ ਸਰਕਾਰ ਸਹੀ ਤਰੀਕੇ ਦੇ ਨਾਲ ਕਰ ਰਹੀ। ਸਰਕਾਰ ਤਾਂ ਇੱਕ ਲਫਾਫੇਬਾਜ਼ੀ ਕਰ ਰਹੀ ਹੈ, ਉੱਪਰਲੇ ਜਿੱਥੇ ਪ੍ਰੋਬਲਮ ਹੈ, ਪ੍ਰੋਬਲਮ ਲੱਤ ਦੀ ਹੈ, ਜਿਹੜਾ ਸਮੱਸਿਆ ਉਹ ਲੱਤ ਦੇ ਵਿੱਚ ਹੈ। ਸਰਕਾਰ ਦਰਦ ਦਾ ਜਿਹੜਾ ਇਲਾਜ ਕਰ ਰਹੀ ਹੈ ਉਹ ਕਰ ਰਹੀ ਹੈਗੀ ਹੈ ਉੱਪਰਲੇ ਖੇਤਰ 'ਤੇ, ਕਾਰਪੋਰੇਟ ਟੈਕਸ, ਸਟਾਕ ਮਾਰਕੀਟਸ, ਉਹਨਾਂ ਦੇ ਲਈ ਸਰਕਾਰ ਜਿਹੜੀ ਹੈ ਉੱਥੇ ਸਰਕਾਰ ਫੋਕਸਡ ਹੈ। ਸਰਕਾਰ ਦਾ ਤਰਕ ਤਾਂ ਇਹ ਹੈ, ਕਹਿੰਦੇ ਫਿਲਮਾਂ ਵੇਖਣ ਬਹੁਤ ਲੋਕ ਜਾਂਦੇ, ਉੱਥੇ ਬੜੀ ਭੀੜ ਹੁੰਦੀ ਹੈ, ਕੋਈ ਮੰਦੀ ਦਾ ਦੌਰ ਨਹੀਂ ਹੈਗਾ, ਅਤੇ ਸਰਕਾਰ ਤਾਂ ਇਹ ਕਹਿੰਦੀ ਹੈਗੀ ਹੈ ਕਿ ਉਬਰ ਓਲਾ ਚੱਲਦੀਆਂ ਪਈਆਂ ਹੈਗੀਆਂ, ਇਸ ਕਰਕੇ ਤੁਹਾਨੂੰ ਲੱਗਦਾ ਕਿ ਕਾਰਾਂ ਵੇਖਦੀਆਂ ਨਹੀਂ ਪਈਆਂ ਹੈਗੀਆਂ ਗੀਆਂ? ਕਿਹੜੇ ਤਰਕ 'ਤੇ ਇਹ ਜਾਈਏ? ਇੱਕ ਤਾਂ ਨਿਸ਼ੀਕਾਂਤ ਦੁਬੇ, ਉਹਨਾਂ ਦਾ ਐੱਮ ਪੀ ਨਾਮ ਹੈਗਾ, ਉਹ ਕਹਿੰਦੇ ਜੀ ਡੀ ਪੀ ਦੀ ਲੋੜ ਹੀ ਰਹਿਣੀ ਆਉਣ ਵਾਲੇ ਸਮੇਂ 'ਚ। ਕੇ ਪੀ ਜੀ, ਜੀ ਡੀ ਪੀ ਦੀ ਲੋੜ ਤਾਂ ਫਿਰ ਆਪਾਂ ਹੀ ਨਹੀਂ ਰਹਿਣੀ ਜਦੋਂ ਸਾਡੇ ਤੋਂ ਹੋਇਆ ਹੀ ਕੁਛ ਨਹੀਂ। ਜੇ ਤਾਂ ਕੁਛ ਕਰਨਾ ਹੁੰਦਾ ਸੀ ਫਿਰ ਠੀਕ ਹੈ, ਫਿਰ ਜੀ ਡੀ ਪੀ
ਜਦੋਂ ਅਸੀਂ ਵਿਰੋਧੀ ਪਾਰਟੀ ਬਣ ਕੇ ਆਉਂਦੇ ਹਾਂ ਤਾਂ ਜੀ ਡੀ ਪੀ ਨੂੰ ਦੱਸਦੇ ਹਾਂ, ਜਦੋਂ ਅਸੀਂ ਉੱਥੇ ਸੈਂਟਰ ਦੇ ਵਿੱਚ ਪਹੁੰਚ ਜਾਂਦੇ ਫਿਰ ਸਾਡੇ ਵਾਸਤੇ ਜੀ ਡੀ ਪੀ ਜਿਹੜਾ ਖਤਮ ਹੋ ਜਾਂਦਾ। ਸਾਡੀ ਸਮੱਸਿਆ ਇਹ ਕਿ ਅਸੀਂ ਉਹਨੂੰ ਨਾ ਤਾਂ ਪ੍ਰੋਬਲਮ ਨੂੰ ਸਹੀ ਤਰੀਕੇ ਦੇ ਨਾਲ ਸਮਝ ਰਹੇ ਹਾਂ, ਅਤੇ ਜੇ ਜਿਹੜਾ ਇਲਾਜ ਵੀ ਕਰ ਰਹੇ ਹਾਂ ਉਹ ਇੱਦਾਂ ਦਾ ਇਲਾਜ ਕਰ ਰਹੇ ਜਿਹਦੇ ਨਾਲ ਸਾਨੂੰ ਕੋਈ ਮਿਲਣਾ ਕੁਛ ਨਹੀਂ ਉਹਦੇ 'ਚੋਂ। ਸਰਕਾਰ ਜਿਹੜਾ 1.45 ਲੱਖ ਕਰੋੜ ਦੇ ਉਹ ਦੇਤੀ ਟੈਕਸ ਰਿਬੇਟ ਦੇਤੀ, ਜਾਂ ਸਰਕਾਰ ਨੇ ਪਹਿਲਾਂ 52,000 ਕਰੋੜ ਰੁਪਈਆ ਲੈ ਲਿਆ ਆਰ ਬੀ ਆਈ ਤੋਂ, ਬਾਅਦ 'ਚ 1,76,000 ਕਰੋੜ ਰੁਪਈਆ ਲੈ ਲਿਆ, ਸਾਨੂੰ ਇਹ ਲਾ ਕਿੱਥੇ ਰਹੀ ਹੈ? 70,000 ਕਰੋੜ ਤੁਸੀਂ ਬੈਂਕਾਂ ਦੀ ਫਿਊਜ਼ਨ ਵਾਸਤੇ ਦਿੱਤਾ, ਵੀ ਬੈਂਕਾਂ ਦੀ ਬੈਲੈਂਸ ਸ਼ੀਟਾਂ ਸਾਫ਼ ਕਰ ਦੇਣੀਆਂ, ਬੈਂਕਾਂ ਨੂੰ ਅਸੀਂ ਮਰਜ ਕਰ ਲਿਆ, ਵੀ ਇਹਨਾਂ ਚੀਜ਼ਾਂ ਦੇ ਨਾਲ ਸਮੱਸਿਆ ਨੇ। ਇਹਨਾਂ ਸਭ ਚੀਜ਼ਾਂ ਦਾ ਇੰਪੈਕਟ ਪੰਜਾਬ 'ਤੇ ਵੀ ਪੈ ਰਿਹਾ? ਬਿਲਕੁਲ ਜੀ, ਪੰਜਾਬ ਇਹਨਾਂ ਤੋਂ ਅਛੁੱਤਾ ਨਹੀਂ ਹੈਗਾ ਜੀ। ਬਕਾਇਦਾ ਇੱਕ ਛੋਟਾ ਜਿਹਾ ਬ੍ਰੇਕ ਲਊਂਗਾ ਮੈਂ ਖੁਸਲਾ ਜੀ, ਮੈਂ ਆ ਰਿਹਾ ਬ੍ਰੇਕ ਤੋਂ ਬਾਅਦ। ਪੰਜਾਬ ਨੂੰ ਕਿਹੜੀ ਸਿਉਂਕ ਲੱਗੀ ਹੈਗੀ ਹੈ? ਇਹ ਸਵਾਲ ਆਪਣੇ ਵਿੱਚ ਹਾਸੋ ਹੀ ਨਾ ਲੱਗਦਾ ਪਿਆ ਹੈਗਾ, ਪਰ ਅੱਜ ਸਾਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਪਿਆ, ਪਰ ਅਸਲ ਵਿੱਚ ਪੰਜਾਬ ਨੂੰ ਸਿਉਂਕ ਲੱਗ ਚੁੱਕੀ ਹੈ ਅਤੇ ਉਸਦਾ ਇਲਾਜ ਆ ਜਿਹੜਾ ਨਹੀਂ ਹੋ ਪਾ ਰਿਹਾ, ਅਤੇ ਸ਼ਾਇਦ ਇਲਾਜ ਕੋਈ ਕਰਨਾ ਨਹੀਂ ਚਾਹ ਰਿਹਾ, ਜਾਂ ਪੰਜਾਬ ਦੇ ਜਿਹੜੇ ਸਰੋਤ ਹੈਗੇ ਆ ਉਹ ਲੁੱਟੇ ਜਾ ਚੁੱਕੇ ਆ ਅਤੇ ਲੁਟਾਏ ਜਾ ਰਹੇ ਹੈਗੇ ਆ। ਇਹ ਸਵਾਲ ਆਪਣੇ ਆਪ ਵਿੱਚ ਮਹੱਤਵਪੂਰਨ ਆ। ਡਾਕਟਰ ਗਰਗ ਕੋਲ ਵਾਪਸ ਆਊਂਗਾ ਬ੍ਰੇਕ ਤੋਂ ਬਾਅਦ ਆ ਰਿਹਾ। ਸਵਾਲ ਇੱਕੋ ਪੁੱਛ ਰਿਹਾ, ਪੰਜਾਬ ਦਾ ਖਜ਼ਾਨਾ ਖਾਲੀ ਕਰਨ ਲਈ ਕੌਣ ਕਿੰਨਾ ਜ਼ਿੰਮੇਵਾਰ ਹੈਗਾ? ਡਾਕਟਰ ਗਰਗ ਜੀ, ਬਹੁਤ ਸਧਾਰਨ ਸਵਾਲ ਆ, ਪੰਜਾਬ ਨੂੰ ਕਿਹੜੀ ਸਿਉਂਕ ਲੱਗੀ? ਪੰਜਾਬ ਨੂੰ ਕਈ ਤਰ੍ਹਾਂ ਦੀ ਸਿਉਂਕ ਲੱਗੀ, ਇੱਕ ਸਿਉਂਕ ਹੁੰਦੀ ਹੈ, ਇਕੱਲੀ ਸਿਉਂਕ ਹੀ ਨਹੀਂ ਲੱਗੀ, ਪੰਜਾਬ ਨੂੰ ਸਭ ਕੁਛ ਇਹਦਾ ਤਬਾਹ ਹੋ ਰਿਹਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਿਆਸਤਦਾਨ ਸਾਡਾ ਜ਼ਿੰਮੇਵਾਰ ਹੈ, ਫਿਰ ਸਾਡਾ ਪ੍ਰਸ਼ਾਸਨ ਜ਼ਿੰਮੇਵਾਰ ਹੈ, ਅਤੇ ਤੀਜੀ ਗੱਲ ਸਾਡੇ ਸਮਾਜ ਨੂੰ ਤੋੜਨ ਦੇ ਵਿੱਚ, ਸਾਡੇ ਨੈਚੁਰਲ ਰਿਸੋਰਸ ਨੂੰ ਲੁੱਟਣ ਦੇ ਵਿੱਚ, ਉਹਨਾਂ ਨੂੰ ਠੀਕ ਤਰੀਕੇ ਨਾਲ ਨਾ ਵਰਤਣ ਦੇ ਵਿੱਚ, ਭ੍ਰਿਸ਼ਟਾਚਾਰ, ਇਨਐਫੀਸ਼ੈਂਸੀ, ਵੱਡੀ ਗੱਲ ਮੈਂ ਕਹਾਂਗਾ, ਕੰਸਰਨ ਨਹੀਂ ਹੈ ਪੰਜਾਬ ਬਾਰੇ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਜਿਹੜਾ ਕੁਰਸੀ 'ਤੇ ਬੈਠਣ ਨੂੰ ਕੁਛ ਤਾਂ ਕਹਿਣਾ ਹੀ ਹੁੰਦਾ, ਪਰ ਪੰਜਾਬ ਬਾਰੇ ਨਾ ਕੋਈ ਵੱਡੀ ਚਿੰਤਾ ਨਾ ਹੋਰ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਨਾ ਲੇਖਾ ਅਫਸਰ ਬਣ ਕੇ ਰਹਿ ਗਏ, ਵੀ ਅਸੀਂ ਉਹ ਹਿਸਾਬ ਕਿਤਾਬ ਜਿਹਾ ਕਰਨਾ ਹੈ, ਜੋੜ ਘਟਾਓ ਜਿਹਾ ਕਰਨਾ, ਇੱਥੇ ਪੈਸੇ ਘੱਟ ਗਏ, ਇੱਥੇ ਵੱਧ ਗਏ, ਅਸੀਂ ਇਸ ਕੰਮ 'ਤੇ ਲੱਗੇ ਹੋਏ ਹਾਂ। ਸੋ ਅਸੀਂ ਮੈਨੇਜਰ ਬਣ ਗਏ, ਅਸੀਂ ਸਿਆਸਤਦਾਨ ਨਹੀਂ ਰਹੇ, ਸਿਆਸਤਦਾਨ ਨੀਤੀ ਕੱਢਦਾ, ਸੰਕਟ ਦੇ ਵਿੱਚੋਂ ਕੱਢਦਾ, ਜਿਹੜਾ ਸੰਕਟ ਨੂੰ ਵੀ ਨਹੀਂ ਨਹੀਂ ਇਹ ਹਿਸਾਬ ਜੋੜ ਇੱਧਰ ਹੋ ਗਿਆ, ਹੁਣ ਆਹ ਕੰਢਾ ਉੱਚਾ ਕਰ ਦਿਉ, ਹੁਣ ਐਂ ਕਰ ਦਿਉ, ਉਹ ਕਦੇ ਮਸਲੇ ਨੂੰ ਹੱਲ ਨਹੀਂ ਕਰ ਸਕਦਾ। ਇਹ ਮਸਲੇ ਦੇ ਹੱਲ ਦੇ ਵਾਸਤੇ ਆਹ ਕੁਛ ਕਰ ਰਹੇ, ਹੁਣੀ ਆਪਾਂ ਵਿੱਤ ਮੰਤਰੀ ਜੀ ਦਾ ਬਿਆਨ ਸੁਣ ਰਹੇ ਸੀ, ਊਂ ਤਾਂ ਸਾਨੂੰ ਆਉਣਾ, ਇਹ ਗੱਲ ਸੱਚੀ ਹੈ, ਤੁਸੀਂ ਆਪਣਾ ਪਰਸ ਜਾਂ ਦੂਜੇ ਨੂੰ ਫੜਾਤਾ, ਆਪ ਹੀ ਕਹਿ ਕੇ ਸਾਡਾ ਸੰਵਿਧਾਨ ਇਹ ਅਲਾਓ ਵੀ ਨਹੀਂ ਕਰਦਾ ਸੀ, ਇਹ ਕਹਿੰਦੇ ਬਿਲਕੁਲ ਨਹੀਂ, ਤੁਸੀਂ ਜੀ ਐੱਸ ਟੀ ਬਣਾਓ, ਜੋ ਮਰਜ਼ੀ ਬਣਾਓ, ਸਾਡਾ ਪੈਸਾ ਸਾਡੇ ਕੋਲ ਸਿੱਧਾ ਆਊਗਾ, ਅਤੇ ਇੰਨਾ ਪੈਸਾ ਸਾਨੂੰ ਮੁਜਰਾ ਦਿਆ ਕਰੋ, ਸਾਨੂੰ ਕੋਈ ਮਤਲਬ ਨਹੀਂ ਵੀ ਬਾਅਦ 'ਚ ਦਿਓਗੇ। ਇਹ ਸਾਰਾ ਕੁਝ ਜੋ ਹੋ ਰਿਹਾ ਸੰਘੀ ਢਾਂਚੇ ਲਈ ਵੀ ਖਤਰਾ, ਬਹੁਤ ਵੱਡਾ ਖਤਰਾ। ਤੁਸੀਂ ਦੇਖੋ, ਜੇ ਆਜ਼ਾਦੀ ਦੀ ਲੜਾਈ ਤੋਂ ਬਾਅਦ ਹਿੰਦੁਸਤਾਨ ਦੇ ਸੰਵਿਧਾਨ ਦਾ ਪ੍ਰੀਐਂਬਲ ਕਹਿੰਦਾ ਹੈ, ਇੰਡੀਆ ਮੀਨਸ ਭਾਰਤ ਇਜ਼ ਏ ਯੂਨੀਅਨ ਆਫ ਸਟੇਟਸ, ਠੀਕ ਹੈ, ਸੋ ਇੰਡੀਆ ਇਜ਼ ਨੋਟ ਅ ਕੰਟਰੀ, ਇਟ ਇਜ਼ ਏ ਯੂਨੀਅਨ ਆਫ ਸਟੇਟਸ। ਤੁਸੀਂ ਸਟੇਟਾਂ ਨੂੰ ਯੂਨੀਅਨ ਤਾਂ ਰਹਿ ਨਹੀਂ ਦਿੱਤਾ, ਤੁਸੀਂ ਕਹਿੰਦਾ ਵੀ ਇੰਡੀਆ ਬਸ। ਸੋ ਜਦ ਤੁਸੀਂ ਸਰਫੇਸ ਟਰਾਂਸਪੋਰਟ ਹੈ, ਸਰਫੇਸ ਟਰਾਂਸਪੋਰਟ ਕਨਕਰੈਂਟ ਲਿਸਟ 'ਤੇ ਥੋੜ੍ਹਾ ਹੈ, ਸਟੇਟ ਲਿਸਟ ਦਾ ਹਿੱਸਾ ਹੈ, ਇਹਨਾਂ ਨੇ ਉਹਨੂੰ ਕਨਕਰੈਂਟ ਲਿਸਟ ਮੰਗਾ, ਜਿਹੜਾ ਹੁਣ ਪਾਇਆ ਨਾ ਜਿਹਦੇ 'ਤੇ ਵੀ ਇੰਨੇ ਇੰਨੇ ਚਲਾਣ ਹੋਣਗੇ, ਆਹ ਹੋਊਗਾ ਆ ਹੋਊਗਾ, ਗਡਕਰੀ ਸਾਹਿਬ ਨੇ ਜਿਹੜਾ ਬਿੱਲ ਪਾਸ ਕਰਾਇਆ। ਤੁਸੀਂ ਇਕੱਲੀ ਗੱਲ ਨੂੰ, ਸਿਹਤ ਨੂੰ ਤੁਸੀਂ ਸੈਂਟਰ 'ਤੇ ਲੈ ਲਿਆ, ਖੇਤੀ ਨੂੰ ਤੁਸੀਂ ਸੈਂਟਰ 'ਤੇ ਲੈ ਲਿਆ, ਉਹ ਲਿਸਟ 'ਚ ਨਹੀਂ ਪਾਇਆ, ਉਹਦੇ 'ਚ ਭਾਅ ਕਿਵੇਂ ਨਿਰਧਾਰਿਤ ਹੋਣੇ ਨੇ, ਯੂਰੀਆ ਦਾ ਭਾਅ ਕਿਵੇਂ ਹੋਣਾ, ਕਣਕ ਦਾ ਭਾਅ ਕੀ ਹੋਣਾ, ਐੱਮ ਐੱਸ ਪੀ ਕੀ ਹੋਣੀ ਹੈ, ਅਤੇ ਟਰੈਕਟਰਾਂ ਦੇ ਭਾਅ ਕੀ ਹੋਣੇ, ਚੀਜ਼ਾਂ ਦੇ, ਇਹ ਤੁਸੀਂ ਨਿਰਧਾਰਤ ਕਰ ਦਿਓ, ਫਿਰ ਉਹ ਸਟੇਟ ਦਾ ਕੀ ਰਹਿ ਗਿਆ? ਸਟੇਟ ਕੋਲ ਤਾਂ ਕੁਛ ਨਾ ਰਿਹਾ। ਨਹੀਂ, ਮੈਨੂੰ ਇਸ ਵਾਲਾ ਜਵਾਬ ਦੇ ਦਿਓ, 4100 ਕਰੋੜ ਇਹ ਦੱਸਦੇ ਪਏ ਆ, ਚਲੋ ਅਗਲੇ 2 ਮਹੀਨੇ ਵੀ ਆ ਕੇ ਖੜੇ ਹੋਏ ਆ। ਸਵਾਲ ਇਹ ਹੈਗਾ, ਜਿਹੜੇ ਵਿਰੋਧੀ ਆ ਉਹ ਕਹਿ ਰਹੇ ਹੈਗੇ ਆ ਕਿ ਪੰਜਾਬ ਨੇ ਆਪਦੀ ਜਿਹੜੀ ਟੈਕਸ ਕਲੈਕਸ਼ਨ ਨਹੀਂ ਕੀਤੀ, ਜਿਹੜਾ ਰੈਵਨਿਊ ਜਨਰੇਟ ਹੋਣਾ ਸੀਗਾ ਉਹ ਨਹੀਂ ਕਰ ਸਕੇ, ਮੇਰੇ ਕੋਲ ਡਾਟੇ ਵੀ ਹੈਗੇ ਆ ਕਿੰਨੀਆਂ ਦੇਣਦਾਰੀਆਂ ਹੈਗੀਆਂ, ਕਿੰਨਾ ਟਾਰਗੇਟ ਸੀਗਾ, ਉਹ ਟਾਰਗੇਟ ਆ ਜਿਹੜਾ ਉਹ ਬਹੁਤ ਘੱਟ ਅਚੀਵ ਹੋਇਆ, ਅਤੇ ਪੰਜਾਬ ਬਹੁਤ ਪਿੱਛੇ ਜਾ ਕੇ ਖੜਾ ਹੋਇਆ, ਇਹਦੇ ਵਿੱਚ ਪੰਜਾਬ ਦੀ ਆਪਦੀ ਨਾਕਾਮੀ ਵੀ ਹੈਗੀ ਟੈਕਸ ਕਲੈਕਸ਼ਨ। ਬਿਲਕੁਲ ਠੀਕ ਹੈ, ਜਿਹੜੇ ਕਹਿੰਦੇ ਨੇ ਪਹਿਲੀ ਗੱਲ ਤਾਂ ਉਹ ਵੀ ਜ਼ਿੰਮੇਵਾਰ ਨੇ, ਇਹ ਬੜਾ ਸੌਖਾ ਹੁੰਦਾ ਦੂਜੇ ਨੂੰ ਮਿਹਨਤ ਦੇਣਾ। ਉਹਨਾਂ ਨੇ 10 ਸਾਲ ਦੇ ਵਿੱਚ, ਇੱਥੇ ਇੱਕ ਮੈਂ ਸੁਣ ਰਿਹਾ ਸੀ ਹੁਣੀ, ਤੁਸੀਂ ਵੀ ਸਾਰਿਆਂ ਨੇ ਸੁਣਿਆ ਹੀ ਹੈ ਕਿ ਜੀ 8,000 ਕਰੋੜ ਸੀ ਕਰਜ਼ਾ 1992 'ਚ, ਫਿਰ ਉਹ ਵਿੱਚੋਂ ਖਾ ਗਏ ਕਿ ਕੈਪਟਨ ਦੀ ਸਰਕਾਰ ਆਈ, ਉਹ 50,000 ਕਰੋੜ ਹੋ ਗਿਆ, ਉਹ ਵਿਚਲੇ 92 ਤੋਂ ਲੈ ਕੇ 2000 ਤੱਕ 2001 ਤੱਕ ਕੀ ਹੋਇਆ, ਉਹ ਵਿੱਚੋਂ ਖਾ ਗਏ, ਉਸ ਤੋਂ ਅੱਗੇ ਵੀ ਫਿਰ 2 ਲੱਖ ਕਰੋੜ ਹੋ ਗਿਆ, 2.5 ਲੱਖ ਕਰੋੜ ਹੋ ਗਿਆ, ਇਹ ਦੱਸੇ ਨਹੀਂ ਵੀ 2 ਲੱਖ ਕਦ ਤੱਕ ਹੋ ਗਿਆ। ਜਦ 2 ਲੱਖ ਕਰੋੜ ਕਹਿੰਦੇ ਸੀ ਉਦੋਂ ਇਹ ਕਹੀ ਜਾਂਦੇ ਸੀ, ਕਾਂਗਰਸ ਕਹਿੰਦੀ ਸੀ 2 ਲੱਖ ਕਰੋੜ, ਇਹ ਮਨਪ੍ਰੀਤ ਬਾਦਲ ਕਹਿ ਰਹੇ ਸੀਗੇ, ਉਹ ਕਹਿੰਦੇ ਨਾ ਤੁਸੀਂ ਝੂਠ ਬੋਲਦੇ, ਸਾਡੇ ਜੁੰਮੇ ਇੰਨਾ ਕਰਜ਼ਾ ਹੈ ਹੀ ਨਹੀਂ। ਸੋ ਅਸੀਂ ਡਿਨਾਇਲ ਮੋਡ 'ਚ ਹਾਂ, ਅਸੀਂ ਇੱਕ ਦੂਜੇ ਨੂੰ ਅਪਮੈਨਸ਼ਿਪ ਦਿਖਾਉਣਾ, ਇੱਕ ਦੂਜੇ ਨੂੰ ਥੱਲੇ ਲਾਉਣ ਦੀ ਗੱਲ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ, ਮਸਲੇ ਦਾ ਹੱਲ ਨਹੀਂ ਲੱਭਦੀਆਂ। ਉਹਨਾਂ ਨੇ ਵੀ ਜਾਇਦਾਦਾਂ ਵੇਚਣੀਆਂ ਸੀ, ਉਹਨਾਂ ਨੇ ਪਹਿਲਾਂ ਉਹ ਵੀ ਯੂਐਲ ਸਕੀਮ ਲਿਆਂਦੀ, ਮੈਂ ਇਸੇ 'ਤੇ ਆ ਰਿਹਾ, ਉਹ ਵੀ ਯੂਐਲ ਸਕੀਮ ਲਿਆਂਦੀ ਵੀ
उहदे विच उहनां ने शहरी साडा गुरु तेग बहादुर हस्पताल हुंदा सी अमृतसर बेचता सो उह शहरी जमीनां वेचण लगे हुण इहनां ने आखिया वी शहरी तां हुण रहियां नहीं फिर उन्होंने कारपोरेशन तो बोर्डों तो गहने तक तरके करजे ले ले पिछली सरकार ने हुण इन्होंने पिंडां दीआं जमीनां वेचणियां शुरू करतीआं वो जब पिंडां दीआं जमीनां जिहड़ा इह तां रौला पाई जांदा वी साडे कोल तनखाहां नूं पैसा नहीं फलाना नहीं इन्हां नूं कदे मतलब कल्ली स्टेट नूं मैनेज करना ही है भी तुसीं फाइनेंस मैनेज कर रहे ने स्टेट नूं चलाउणा है स्टेट नूं चलाउणा है पिंड दे विच 33% जिहड़ी है दलित वसों रहिंदी है उहदा उह शाम वाला जमीन दे विच तीजा हिस्सा है उहनूं उह ठेके ते मिलनी है अबालद कलां जाके देखो किन्नी सोहणी खेती हो रही है ਸਾਂਝੀ ਖੇਤੀ ਕਰ ਰਹੇ ਨੇ ਉਹਦੇ ਵਿੱਚੋਂ ਉਹਨੂੰ 5 ਮਰਲੇ ਦੇ ਪਲਾਟ ਮਿਲਣੇ ਨੇ ਉਹਦਾ ਹਿੱਸਾ ਖਤਮ ਹੋਏਗਾ ਕਿਉਂਕਿ ਜਦ ਤੁਸੀਂ ਵੇਚਦੀ ਤੁਸੀਂ ਲੈਂਡ ਪੂਲਿੰਗ ਕਰ ਜਾਓ ਸੋਹਣੇ ਸੋਹਣੇ ਸ਼ਬਦ ਲੈ ਕੇ ਆਉਂਦੇ ਨੇ ਇਹ ਬੜੇ ਕੰਪਲੀਕੇਟ ਜੇ ਲੋਕਾਂ ਨੂੰ ਸਮਝ ਹੀ ਨਾ ਆਵੇ ਵੀ ਕਰਦੇ ਹੁਣ ਕੁੱਲ ਮਿਲਾ ਕੇ ਮੈਨੂੰ ਸਿੱਧੇ ਸ਼ਬਦਾਂ ਸਮਝਾ ਦਿਓ ਨਾ ਮੈਂ ਦਰਸ਼ਕਾਂ ਨੂੰ ਸਮਝਾਉਣਾ ਹਾਂ ਪੰਜਾਬ ਗਹਿਣੇ ਪਾ ਰਹੇ ਬਿਲਕੁਲ ਪਾ ਰਹੇ ਨੇ ਗਹਿਣੇ ਨਹੀਂ ਵੇਚ ਰਹੇ ਨੇ ਨਾ 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 ਗਹਿਣੇ ਪਾਉਣਾ ਹੁੰਦਾ ਤੁਹਾਡੇ ਕੋਲ ਵਾਪਸ ਆ ਜਾਏਗਾ ਵਾਪਸ ਨਹੀਂ ਆਊਗਾ ਵੇਚ ਰਹੇ ਨੇ ਹਾਂ ਜ਼ਮੀਨਾਂ ਵੇਚ ਜਦ ਤੁਸੀਂ ਜ਼ਮੀਨ ਲੈ ਕੇ ਦੂਜਿਆਂ ਨੂੰ ਵੇਚਾ ਹੋਣੀ ਆ 5 ਪਿੰਡ ਨੇ ਰਾਜਪੁਰੇ ਦੇ ਲਾਗੇ ਸੇਰਾ ਸੇਰੀ ਇਹਨਾਂ ਦੀ 1000 acre ਜ਼ਮੀਨ ਲੈ ਕੇ ਕਹਿੰਦੇ ਅਸੀਂ 357 crore 'ਚ ਲੈਣੀ ਹੈ ਅੱਗੇ ਉਹ ਦੂਜੇ ਨੂੰ ਦੇ ਦੇਣੀ ਹੈ ਠੀਕ ਹੈ ਮੈਂ ਵਾਪਸ ਆਊਂਗਾ ਡਾਕਟਰ ਤੁਹਾਡੇ ਕੋਲ ਡਾਕਟਰ ਖੋਸਲਾ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਵਾਰ ਵਾਰ ਕੇਂਦਰ ਸਰਕਾਰ ਦੇ ਇਲਜ਼ਾਮ ਲੱਗਦਾ ਕਿ ਕਾਰਪੋਰੇਟ ਘਰਾਣਿਆਂ ਨੂੰ ਇਹ ਪੂਰਦੀਆਂ ਹੈਗੀਆਂ ਹੁਣ ਸਟੇਟ ਗਵਰਨਮੈਂਟ ਵੀ ਕਾਰਪੋਰੇਟ ਘਰਾਣਿਆਂ ਵੱਲ ਜਾ ਰਹੀ ਹੈ ਮੈਂ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣੇ ਮੈਂ ਉਹਦੇ 'ਚ ਇੱਕ ਐਡੀਸ਼ਨ ਕਰਨਾ ਚਾਹੁੰਦਾ ਜਿਹੜੀ ਪਿਆਰੇਲਾਲ ਗਰਗ ਜੀ ਨੇ ਗੱਲ ਕੀਤੀ ਹੈ ਬਈ ਕੋਆਪਰੇਟਿਵ ਫੈਡਰਲਿਜ਼ਮ ਜਿਹੜਾ ਸਾਡਾ ਸੰਘੀ ਢਾਂਚਾ ਹੈ ਕਿਆ ਉਹਦੀ ਡਿਸਟਰਕਸ਼ਨ ਵੱਲ ਅਸੀਂ ਜਾ ਰਹੇ ਹਾਂ ਕਿਆ ਉਹਦੇ ਉੱਤੇ ਕਿਸੇ ਤਰੀਕੇ ਦਾ ਖਤਰਾ ਤਾਂ ਬੜੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਤਾਂ ਸਾਨੂੰ ਇੱਦਾਂ ਲੱਗਦਾ ਵੀ ਇਹਦੇ ਉੱਤੇ ਕੋਈ ਨਾ ਕੋਈ ਖਤਰਾ ਆ ਰਿਹਾ ਉਹਦਾ ਕਾਰਨ ਇਹ ਹੈ ਵੀ ਸੈਂਟਰ ਸਰਕਾਰ ਦੇ ਕੋਲ ਜਿਹੜੀ ਡਾਇਰੈਕਟ ਟੈਕਸ ਜਾਂ ਇਨਡਾਇਰੈਕਟ ਟੈਕਸ ਜਿਹਨੂੰ ਆਪਾਂ ਹੁਣ GST ਦੀ ਗੱਲ ਕਰ ਰਹੇ ਸੀ ਡਾਇਰੈਕਟ ਟੈਕਸ ਦਾ ਸ਼ੇਅਰ ਅਤੇ ਇਨਡਾਇਰੈਕਟ ਟੈਕਸ ਦਾ ਸ਼ੇਅਰ ਦੋਨੋਂ ਗਿਰ ਰਹੇ ਹੈ ਜਦੋਂ ਇਹ ਦੋਨੋਂ ਸ਼ੇਅਰਸ ਗਿਰਨਗੇ ਤਾਂ ਨੈਚੁਰਲੀ ਜਿਹੜੀ ਸਟੇਟਸ ਦੇ ਕੋਲ ਜਿਹੜੀ ਉਹਦੀ ਸ਼ੇਅਰਿੰਗ ਆਉਣੀ ਹੈ ਉਹ ਵੀ ਥੱਲੇ ਜਾਏਗੀ ਜਿਹਦਾ ਸਾਡੇ ਕੋਲ ਇੱਕ ਜਿੰਦਾ ਜਾਗਦਾ ਉਦਾਹਰਣ ਹੈ 4100 crore ਰੁਪਈਆ ਜਿਹੜਾ ਸਾਡੇ ਕੋਲ ਹਜੇ ਤੱਕ ਕਿਸ਼ਤ ਨਹੀਂ ਆਈ ਹੁਣ ਉਹਦੇ 'ਚ ਹੁਣ ਹੋਇਆ ਕੀ ਹੈ ਕਿ ਸੈਂਟਰ ਸਰਕਾਰ ਜੋ 2014 ਦੇ ਵਿੱਚ ਸੀ 2014 ਤੋਂ ਲੈ ਕੇ ਪਿਛਲੇ 3-4-5 saal ਦੇ ਦੌਰਾਨ ਇਸ ਵਕਫੇ ਦੇ ਵਿੱਚ ਇੱਕ ਟਾਈਮ ਇਦਾਂ ਦਾ ਸੀ ਜਦੋਂ ਐਪੀਟੋਮ 'ਤੇ ਸੀਗੇ ਆਪਣੇ ਸਕਸੈਸ 'ਤੇ BJP ਸਰਕਾਰ ਇਹਨਾਂ ਦਾ BJP NDA ਸਰਕਾਰਾਂ ਜਿਹੜੀਆਂ ਨੇ 71% ਹਿੰਦੁਸਤਾਨ ਦਾ ਪੂਰਾ ਸ਼ੇਅਰ ਇਹਨਾਂ ਦੇ ਕੋਲ ਸੀਗਾ ਸਟੇਟਸ ਦੇ ਵਿੱਚ ਹੁਣ 40% ਰਹਿ ਗਿਆ ਨਹੀਂ ਹੁਣ ਇਹਦਾ ਅੱਗੇ ਵੀ ਸਾਨੂੰ ਥੋੜ੍ਹਾ ਜਿਹਾ ਅਨਾਲਿਸਿਸ ਕਰਨਾ ਚਾਹੀਦਾ ਨਾ ਵੀ ਅੱਗੇ ਫਿਰ ਹੁਣ GST ਕਾਊਂਸਲ ਜਿਹੜਾ ਸੰਘੀ ਢਾਂਚਾ ਹੈਗਾ ਸਾਡਾ ਕੋਆਪਰੇਟਿਵ ਫੈਡਰਲਿਜ਼ਮ ਦੀ ਜਿਹੜੀ ਗੱਲ ਕਰ ਰਹੇ ਉਹਦੇ ਉੱਤੇ ਖਤਰਾ ਕਿਵੇਂ ਆਉਂਦਾ ਕੱਲ੍ਹ ਨੂੰ ਪ੍ਰੋਬਲਮ ਇਹ ਆਉਣੀ ਹੈ ਜਦੋਂ ਇਹਨਾਂ ਨੂੰ GST ਕਾਊਂਸਲ ਇਹ ਜਿਹੜੀਆਂ ਸਟੇਟਸ ਨੇ ਹੁਣ ਵੱਡੀਆਂ ਸਟੇਟਸ ਚਾਹੇ ਉਹ ਛੱਤੀਸਗੜ੍ਹ ਦੀ ਗੱਲ ਕਰ ਲਈਏ ਚਾਹੇ ਅਸੀਂ ਤੇਲੰਗਾਨਾ ਦੀ ਗੱਲ ਕਰ ਲਈਏ ਉੜੀਸਾ ਦੀ ਗੱਲ ਕਰ ਲਈਏ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਰਾਜਸਥਾਨ ਦੀ ਗੱਲ ਕਰ ਲਈਏ ਇਹ ਜਿਹੜੀਆਂ ਵੱਡੀਆਂ ਸਟੇਟਸ ਹੈ ਪ੍ਰੋਮਿਸਿੰਗ ਸਟੇਟਸ ਹੈ ਇਹ BJP ਦੇ ਹੱਥੋਂ ਦੀ ਗਈਆਂ ਬਾਹਰ ਹੁਣ ਜਦੋਂ ਇਹ ਬਾਹਰ ਹੋਣ ਵਾਲੇ ਇਲੈਕਸ਼ਨ ਵੀ ਔਖੀ ਹੈ ਦਿੱਲੀ ਕੇਰਲਾ ਜੀ ਵੈਸਟ ਬੰਗਾਲ ਇਹ ਵੀ ਔਖੇ ਆ ਕੰਮ ਮੈਂ ਥੋੜ੍ਹੀ ਜਿਹੀ ਇਹਦੇ 'ਚ ਹੋਰ ਇਹਨੂੰ ਚਾਨਣਾ ਪਾ ਦਿੰਦਾ ਜੀ ਇੱਥੋਂ ਦੀ ਹੁਣ ਜਿੱਦਾਂ ਅੱਜ 6 ਸੂਬਿਆਂ ਦੇ ਵਿੱਤ ਮੰਤਰੀ ਦਿੱਲੀ ਗਏ ਨੇ ਉਹਨਾਂ ਨੇ ਜਾ ਕੇ ਉੱਥੇ ਗੱਲ ਕੀਤੀ ਹੌਲੀ ਹੌਲੀ ਇਹਨਾਂ ਦੀ ਮੈਜੋਰਟੀ ਜਿਹੜੀ ਹੈ ਉਹਦੇ 'ਚ GST ਕਾਊਂਸਲ 'ਚ ਨੌਨ BJP ਸਟੇਟਸ ਦੀ ਮੈਜੋਰਟੀ ਵਧੇਗੀ ਅਤੇ ਉਹਦੇ ਨਾਲ ਪ੍ਰੋਬਲਮ ਮੋਸਟ ਲਾਈਕਲੀ ਮੋਸਟ ਪ੍ਰੋਬੇਬਲੀ ਇੱਦਾਂ ਦਾ ਇੱਕ ਸਿਨੈਰੀਓ ਇਮਰਜ ਹੋ ਸਕਦਾ ਹੈ ਇੱਦਾਂ ਦਾ ਇੱਕ ਇੱਦਾਂ ਸਾਡੇ ਸਾਹਮਣੇ ਇੱਦਾਂ ਹੋ ਸਕਦਾ ਕਿ GST ਨੂੰ ਇਹ ਰੋਲ ਬੈਕ ਕਰਨ ਜਾਂ GST ਦੇ ਵਿੱਚ ਟੋਟਲੀ ਰੋਲ ਬੈਕ ਨੋ ਨਾਟ ਟੋਟਲੀ ਰੋਲ ਬੈਕ GST ਦੇ ਵਿੱਚ ਕੋਈ ਮੇਜਰ ਓਵਰਹੌਲਿੰਗ ਹੋ ਜਾਵੇ ਮੇਜਰ ਓਵਰਹੌਲਿੰਗ ਤਾਂ ਹੁਣ ਵੀ ਕਹਿੰਦੇ ਹੋ ਰਹੇ ਦੇਖੋ ਜੀ 900 ਅੱਜ ਤੱਕ ਦੀਆਂ ਚੇਂਜਸ ਆ ਚੁੱਕੀਆਂ 90 ਨੋਟੀਫਿਕੇਸ਼ਨਾਂ ਆ ਚੁੱਕੀਆਂ 175 ਨਾਨ ਟੈਰਿਫ ਨੋਟੀਫਿਕੇਸ਼ਨ ਹੋ ਗਈਆਂ 20 IGST ਜੀ ਖੋਸਲਾ ਫਿਰ ਤਾਂ ਇਹ ਕੰਮ ਹੋ ਗਿਆ ਨਾ ਚਪੇੜ ਮਾਰੀ ਚਲੋ ਤੇ ਮਾਫੀ ਮੰਗੀ ਚਲੋ ਨਹੀਂ ਮੈਂ ਕਿਉਂਕਿ ਪਹਿਲਾਂ ਸਾਡਾ ਜਿਹੜਾ ਇਕਨੋਮਿਕ ਸੈਕਟਰ ਹੈਗਾ ਉਹ ਡਾਵਾਂਡੋਲ ਹੋ ਚੁੱਕਿਆ ਪਹਿਲਾਂ ਅਸੀਂ ਸਾਰਾ ਕੁਝ ਕਰ ਲਿਆ ਟੈਕਸ ਜਿਹੜੇ ਅਸੀਂ ਜਨਰੇਟ ਵੀ ਕਰ ਲਏ ਰੈਵਨਿਊ ਹੁਣ ਕਦੇ ਕਲੈਕਸ਼ਨ ਸਾਡੇ ਕੋਲ ਹੋ ਨਹੀਂ ਰਹੇਗੀ ਸਵਾਲ ਇਹ ਹੈਗਾ ਆਮ ਲੋਕ ਤਾਂ ਪਰੇਸ਼ਾਨ ਹੋ ਗਏ ਨਾ ਉਹ ਬਾਜ਼ਾਰ 'ਚ ਵੜ ਕੇ ਰਾਜੀ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਜਿਹੜੀ ਸੈਂਟਰ ਤੋਂ ਡੈਵੋਲਿਊਸ਼ਨ ਆਉਣੀ ਹੁਣ ਸਰਕਾਰਾਂ ਉਹਦੇ 'ਚ ਕਰਦੀਆਂ ਕੀ ਹੇਰਾਫੇਰੀ ਕੀ ਕਰਦੀਆਂ ਡੈਵੋਲਿਊਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਵੀ ਸੈਂਟਰ ਜਿਹੜੀਆਂ ਸਟੇਟਸ ਦਾ ਸ਼ੇਅਰ ਹੈ 42% ਤੋਂ ਉਹਨੂੰ ਘਟਾ ਕੇ 34% ਲੈ ਆਓ
ਇਦਾਂ ਦੇ ਕੰਮ ਕਰਨਗੀਆਂ ਤਾਂ ਸਟੇਟਾਂ ਦੇ ਵਿੱਚ ਹੋਰ ਪ੍ਰੋਬਲਮ ਆਏਗੀ। ਜਿਹੜਾ ਮਲਟੀਪਲਾਇਰ ਹੈ ਇਕਨੋਮਿਕਸ ਦਾ ਬੇਸਿਕ ਸਿਧਾਂਤ ਜਿਹੜਾ ਹੈ, ਜਿਹੜਾ ਮਲਟੀਪਲਾਇਰ ਹੈ, ਜਦੋਂ ਅਸੀਂ ਲੋਕਾਂ 'ਤੇ ਪੈਸਾ ਖਰਚਾਂਗੇ ਉਹ ਪੈਸਾ ਖਰਚੇਗੀ ਸਟੇਟ ਗੌਰਮੈਂਟ, ਭਾਵੇਂ ਪੁਲ ਬਣੇਗਾ, ਭਾਵੇਂ ਸੜਕ ਬਣੇਗੀ, ਚਾਹੇ ਉਹ ਪਿੰਡਾਂ ਦੇ ਵਿੱਚ ਕੋਈ ਚੀਜ਼ ਜਾਏਗੀ, ਉਹਦੇ ਨਾਲ ਆਮ ਆਦਮੀ ਜਿਹੜਾ ਹੈ ਉਹਦੀ ਪਰਚੇਜ਼ਿੰਗ ਪਾਵਰ ਵੱਧਦੀ ਹੈ। ਜਦੋਂ ਉੱਤੋਂ ਦੀ ਪੈਸੇ ਦੀ ਜਿਹੜੀ ਐਲੋਕੇਸ਼ਨ ਹੈ ਥੱਲੇ ਨੂੰ ਡਾਊਨ ਹੋਈ ਜਾਏਗੀ ਤਾਂ ਪ੍ਰੋਬਲਮਸ ਜਿਹੜੀਆਂ ਨੇ ਕੰਪਾਊਂਡ ਹੁੰਦੀਆਂ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਬਹੁਤ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਹਰ ਚੀਜ਼ ਸਮਝ ਆਵੇ। ਅਸੀਂ ਪੰਜਾਬ ਨੂੰ ਸਿਉਂਕ ਦੀ ਗੱਲ ਕਰ ਰਹੇ ਹੈਗੇ, ਮੈਨੂੰ ਲੱਗਦਾ ਸਿਉਂਕ ਤਾਂ ਸਾਰੇ ਕਿਤੇ ਫੈਲ ਚੁੱਕੀ ਹੈਗੀ ਆ, ਸਿਉਂਕ ਕਿੱਥੇ ਕਿੱਥੇ ਲੱਗਦੀ ਪਈ ਹੈਗੀ ਹੈ ਅਤੇ ਕਿੰਨਾ ਕਿੰਨਾ ਅਸਰ ਹੋਵੇਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਵੇਗਾ, ਜਦੋਂ ਸਿਆਸੀ ਤਾਕਤ ਆ ਜੋ ਵੰਡੀ ਜਾਵੇਗੀ, ਜੋ ਸਿਆਸਤ ਤਾਕਤ ਵੰਡਣਾ ਨਹੀਂ ਚਾਹੁੰਦੀ ਸੀ, ਉਦੋਂ ਫਿਰ ਸੰਘੀ ਢਾਂਚੇ 'ਤੇ ਖਤਰਾ ਪੈਦਾ ਹੁੰਦਾ। ਸੰਘੀ ਢਾਂਚੇ ਦੀ ਗੱਲ ਸਾਨੂੰ ਕਰਨੀ ਪਵੇਗੀ, ਜੇ ਫੈਡਰਲ ਸਟਰਕਚਰ ਦੀ ਅਸੀਂ ਗੱਲ ਨਹੀਂ ਕਰਾਂਗੇ ਤਾਂ ਫਿਰ ਸਵਾਲ ਜਿਹੜੇ ਦੱਬੇ ਰਹਿ ਜਾਣਗੇ। ਜਦੋਂ ਸਵਾਲਾਂ ਦੇ ਜਵਾਬ ਨਹੀਂ ਮਿਲਣਗੇ ਤਾਂ ਫਿਰ ਕੋਈ ਨਾ ਕੋਈ ਤਾਕਤ ਤੁਹਾਡੇ 'ਤੇ ਪਾਰੂ ਹੋ ਜਾਊਗੀ, ਫਿਰ ਤੁਹਾਡੀ ਜੇਬ ਵਿੱਚ ਪੈਸੇ ਨਹੀਂ ਰਹਿਣਗੇ। ਬ੍ਰੇਕ ਤੋਂ ਵਾਪਸ ਆ ਰਿਹਾ। ਕੋਈ ਪੁੱਛ ਰਿਹਾ ਪੰਜਾਬ ਦਾ ਖਜ਼ਾਨਾ ਖਾਲੀ ਕਰਨ ਲਈ ਕੌਣ ਕਿੰਨਾ ਜ਼ਿੰਮੇਵਾਰ ਹੈਗਾ। ਕੁਲਜਿੰਦਰ ਢੀਂਡਸਾ, ਤੁਹਾਡੇ ਬਾਰੇ ਅਕਸਰ ਮੈਂ ਤੁਹਾਨੂੰ ਇੱਥੇ ਮੈਨੂੰ ਵੀ ਮਿਲਦਾ ਰਿਹਾ, ਤੁਸੀਂ ਵੀ ਇੱਥੇ ਤੁਹਾਡੇ ਬੁਲਾਰੇ ਵੀ ਆ ਕੇ ਬੋਲਦੇ ਰਹੇ ਆ ਕਿ ਦਿੱਲੀ ਦੇ ਵਿੱਚ ਜੋ ਰੈਵਨਿਊ ਜਨਰੇਟ ਹੋ ਰਿਹਾ, ਦਿੱਲੀ ਵਿੱਚ ਪਰ ਕੈਪਟਨ ਇਨਕਮ ਹੈਗੀ ਆ, ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਲਈ ਹੋਰ ਜਿਹੜੇ ਸਬਸਿਡੀ ਦੇ ਰਹੇ ਹੋ, ਤੁਸੀਂ ਬਿਜਲੀ ਪਾਣੀ ਜੋ ਵੀ ਸਾਰਾ ਕੁਛ ਹੈਗਾ ਤੁਸੀਂ ਆ ਕੇ ਬੜਾ, ਅਤੇ ਅੱਜ ਫਿਰ ਤੁਸੀਂ ਕਿਉਂ ਗਏ ਹੋ ਖਜ਼ਾਨਾ ਮੰਤਰੀ ਕੋਲ? ਤੁਹਾਨੂੰ ਤਾਂ ਕੋਈ ਘਾਟਾ ਹੀ ਨਹੀਂ ਹੈਗਾ, ਤੁਹਾਡਾ ਤਾਂ ਖਜ਼ਾਨਾ ਭਰਿਆ ਭਰਿਆ ਸਭ ਕੁਝ। ਤੁਸੀਂ ਤਾਂ ਕਹਿੰਦੇ ਸੀ ਦਿੱਲੀ ਤੋਂ ਸਿੱਖੋ। ਕੋਈ ਵੀ ਸਟੇਟ ਆਪਦਾ ਹਿੱਸਾ ਕਿਉਂ ਛੱਡੂਗੀ? ਜੇ ਚਾਹੇ ਅਸੀਂ ਸਰਪਲਸ ਹੈਗੇ ਹਾਂ ਤਾਂ ਅਸੀਂ ਇਹਦਾ ਮਤਲਬ ਸੈਂਟਰ ਨੂੰ ਆਪਦਾ ਹਿੱਸਾ ਛੱਡ ਦਈਏ? ਇਹ ਤਾਂ CAG ਦੀ ਰਿਪੋਰਟ ਵੀ ਕਹਿੰਦੀ ਆ ਕਿ ਦਿੱਲੀ ਸਰਕਾਰ ਨੂੰ ਸੈਂਟਰਲ ਫੰਡਿੰਗ ਘੱਟ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ, ਬਹੁਤ ਵਧੀਆ ਰੈਵਨਿਊ ਜਨਰੇਟ ਕੀਤੇ ਆ, ਇਹ ਤਾਂ ਕੱਲ੍ਹ ਪਰਸੋਂ ਦੀ ਅਪਡੇਟ ਹੈ। ਗੱਲ ਇਹ ਪੰਜਾਬ ਨੂੰ ਸਿਉਂਕ ਕਿਉਂ ਲੱਗੀ? ਪੰਜਾਬ ਨੂੰ ਕੀ, ਮੈਂ ਦੇਖ ਰਿਹਾ ਕਿ ਸਾਰੇ ਦੇਸ਼ ਨੂੰ ਸਿਉਂਕ ਲੱਗੀ ਪਈ ਆ। ਪ੍ਰੋਫੈਸਰ ਸਾਹਿਬ ਨੇ ਕਿਹਾ ਕਿ 1,76,000 ਕਰੋੜ ਚੱਕ ਲਿਆ ਜਾਂ RBI ਤੋਂ ਪਹਿਲਾਂ 80,000 ਕਰੋੜ ਲਿਆ ਸੀ, ਇਹ ਲੱਗਦਾ ਕਿੱਥੇ ਆ? ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜੇ ਬੈਂਕਸ ਜਿਹੜੇ NPA ਹੋਏ ਸੀਗੇ, ਇਹ ਬੈਂਕਸ ਨੂੰ ਉਭਾਰਨ ਵਾਸਤੇ ਜਿਹੜੇ ਲੋਕ ਇੱਥੋਂ ਇੰਡੀਆ ਛੱਡ ਕੇ ਚਲੇ ਗਏ, ਜਿਹਨਾਂ ਨੂੰ ਫੈਸਿਲੀਟੇਟ ਇਹਨਾਂ ਨੇ ਕੀਤਾ ਹੈ ਬਾਹਰਲੇ ਕੰਟਰੀਜ਼ ਦੇ ਵਿੱਚ, ਉੱਥੇ ਸੇਫਲੀ ਬਿਠਾਏ ਨੇ, ਇਹ ਉਹਨਾਂ ਦੀ ਭਰਪਾਈ ਹੈ? ਇਹ ਸਿਰਫ ਉਹਨਾਂ ਦਾ ਕੀਤਾ ਹੋਇਆ ਘਰ ਹੈ ਇਹ ਸਾਰਾ? ਲਾਲ ਬਹਾਦੁਰ ਸ਼ਾਸਤਰੀ ਸੀਗੇ ਸਾਡੇ ਪ੍ਰਧਾਨ ਮੰਤਰੀ, ਉਹ ਕਿੰਨਾ ਕੁ ਖਰਚਾ ਕਰਦੇ ਸੀਗੇ ਤੁਸੀਂ ਦੇਖਿਆ? ਆਪ ਹੁਣ ਵਾਲੇ ਪ੍ਰਧਾਨ ਮੰਤਰੀ ਦੇਖ ਲਓ, 10-10 ਲੱਖ ਦੇ ਸੂਟ ਪਾਉਂਦੇ ਆ, ਵਿਦੇਸ਼ਾਂ ਦੇ ਵਿੱਚ ਇੰਨੀ ਟਰੈਵਲ ਕੀਤੀ, ਇਹਨਾਂ ਨੇ ਕਿੰਨੀ ਇਨਵੈਸਟਮੈਂਟ ਲੈ ਕੇ ਆਈ ਇੰਡੀਆ ਦੇ ਵਿੱਚ? ਕਿੱਥੇ ਆ ਅੱਜ ਜੋਬਸ ਕਿੱਥੇ ਨੇ? ਕਹਿੰਦੇ ਸੀ 2 ਕਰੋੜ ਨੌਕਰੀਆਂ ਹਰ ਸਾਲ ਦੇਵਾਂਗੇ, ਕਿੱਥੇ ਨੇ ਨੌਕਰੀਆਂ? ਇਕਨੋਮੀ ਦਾ ਕਿੰਨਾ ਬੁਰਾ ਹਾਲ ਹੈ, GDP ਦੀ ਗਰੋਥ 4.5% 'ਤੇ ਆ ਗਈ ਅੱਜ, ਅਤੇ ਇਹਨਾਂ ਦੇ ਮਿਨਿਸਟਰ ਕਹਿ ਰਹੇ ਨੇ GDP ਆਉਣ ਵਾਲੇ ਸਮੇਂ 'ਚ ਖਤਮ ਹੀ ਹੋਣਾ, GDP ਦਾ ਕੋਈ ਰੈਲੀਵੈਂਸ ਹੀ ਹੈ ਨਹੀਂ ਗਾ। ਮਤਲਬ ਜਿਨ੍ਹਾਂ ਦੇ ਮੰਤਰੀ MPs ਜਿਹਨੂੰ ਇਹ ਨਹੀਂ ਪਤਾ ਕਿ ਇਕਨੋਮੀ ਕੀ ਚੀਜ਼ ਹੈ, GDP ਕੀ ਚੀਜ਼ ਹੈ, ਕਿਹਦੇ ਨਾਲ ਦੇਸ਼ ਅੱਗੇ ਵਧੂਗਾ, ਤੁਸੀਂ ਇੱਕ ਪੋਲੀਟੀਕਲ ਸਟੇਟਮੈਂਟ ਦੇ ਕੇ ਆਪਦੀ ਵਾਹ ਵਾਹ ਜੀ ਹੋਰੀ ਤਰ੍ਹਾਂ ਮਤਲਬ ਪਤਾ ਨਹੀਂ ਬੇਇੱਜ਼ਤੀ ਕਰਾਉਣ ਵਾਲਾ ਕੰਮ ਕਰਦੇ ਹੋ। ਇਹ ਇਸ ਤਰੀਕੇ ਨਾਲ ਨਹੀਂ ਦੇਸ਼ ਚੱਲਦਾ। ਪੰਜਾਬ ਦੇ ਨਾਲ ਬਿਆਨ ਵੀ ਆ ਗਿਆ, ਕਹਿੰਦੇ ਸੋਸ਼ਲ ਮੀਡੀਆ ਤੇ ਬਹੁਤ ਟ੍ਰੋਲ ਹੋ ਰਿਹਾ, ਸੋਸ਼ਲ ਮੀਡੀਆ ਬੰਦ ਕਰੋ। ਇਹ ਕਰ ਵੀ ਸਕਦੇ ਆ, ਇਹ ਇੱਕ ਸਰਕਾਰ ਹੀ ਡਿਕਟੇਟਰਸ਼ਿਪ ਵਾਲੀ ਸਰਕਾਰ ਹੈ ਇਹਨਾਂ ਦੇ। ਇਹ ਤਾਂ ਰਾਹੁਲ ਬਜਾਜ ਜੀ ਦਾ ਬਿਆਨ ਦੇਖਿਆ ਤੁਸੀਂ ਪਿੱਛੇ, ਇੱਕ ਇੰਡਸਟਰੀਅਲਿਸਟ ਨੇ, ਉਹਨਾਂ ਨੇ ਕਿਹਾ ਕਿ ਇਸ ਸਰਕਾਰ ਦੇ ਵਿੱਚ ਸਾਨੂੰ ਬੋਲਣਾ ਬਹੁਤ ਔਖਾ ਹੈ, ਅਸੀਂ ਬੋਲ ਨਹੀਂ ਸਕਦੇ, ਬੋਲਣ ਦੀ ਆਜ਼ਾਦੀ ਮਰ ਚੁੱਕੀ ਹੈ ਸਾਡੀ। ਉਹਦੇ ਦੇ ਪਿੱਛੇ ਕਿੰਨੀ ਟ੍ਰੋਲ ਹੋਇਆ ਹੈ BJP ਵਾਲੇ। ਠੀਕ ਹੈ, ਰਟ ਗਰਗ, ਭਾਰਤੀ ਜਨਤਾ ਪਾਰਟੀ ਦਾ ਕੋਈ ਬੁਲਾਰਾ ਨਹੀਂ ਹੈਗਾ, ਐਂਡ ਮੂਮੈਂਟ 'ਤੇ ਉਹ ਚਲੇ ਗਏ ਹੈਗੇ ਆ, ਨਹੀਂ ਆਏਗੇ। ਸਵਾਲ ਇਹ ਹੈਗਾ, ਇਕਨੋਮਿਕਸ ਦੀ ਸਮਝ ਨਹੀਂ ਹੈਗੀ ਸਰਕਾਰ ਨੂੰ ਜਾਂ ਇਕਨੋਮਿਕਸ ਸਮਝਣਾ ਨਹੀਂ ਚਾਹ ਰਹੇ? ਮੈਂ ਮੋਟੀ ਜੀ ਜਿਹੜੀ ਤੁਸੀਂ ਉਹ ਸਮਝ ਨਹੀਂ, ਪਹਿਲਾਂ ਮੈਂ ਮੋਟੀ ਜੀ ਗੱਲ ਸਮਝਾ ਦਾਂ ਤਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਜੇ। ਪਹਿਲੀ ਗੱਲ ਇਹ ਹੁੰਦੀ ਹੈ ਵੀ ਕਿਸੇ ਦੇਸ਼ ਦਾ ਸਾਡਾ ਅਰਥਚਾਰਾ ਪੂਰਾ, ਜਿਵੇਂ ਬਾਕੀ ਵਕਤਾਂ ਨੇ ਕਿਹਾ, ਮੋਦੀ ਜੀ 10 ਲੱਖ ਦਾ ਕੋਟ ਪਾਉਂਦੇ ਨੇ ਜਾਂ ਸੈਰਾਂ ਕਰਦੇ ਨੇ, ਉਹਦਾ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ ਇਸ ਅਰਥਚਾਰੇ ਨੂੰ। ਇਹੋ ਜਿਹੀਆਂ ਗੱਲਾਂ ਕਰਕੇ ਅਸੀਂ ਬਲਕਿ ਉਸਨੂੰ ਥੱਲੇ ਲਾ ਦਿੰਦੇ ਹਾਂ। ਨਹਿਰੂ ਦੇ ਕੱਪੜੇ ਵੀ ਬਾਹਰੋਂ ਧੋਕੇ ਆਉਂਦੇ ਸੀਗੇ, ਪਰ ਇਹ ਨੀਤੀ ਦਾ ਸਵਾਲ ਹੈ, ਇੱਕ ਵਿਅਕਤੀ 'ਤੇ ਖਰਚੇ ਦਾ ਸਵਾਲ, ਉਦੋਂ ਬਾਅਦ ਇਹ ਆਰਗੂਮੈਂਟ ਬਣਦਾ ਵੀ ਨਹੀਂ ਹੈਗਾ। ਹਾਂ, ਮੇਰੇ ਹਿਸਾਬ ਨਾਲ ਕੋਈ ਆਰਗੂਮੈਂਟ ਨਹੀਂ ਇਹ, ਸਵਾਲ ਇਹ ਹੈ ਵੀ ਨੀਤੀ ਕੀ ਹੈ। ਨੀਤੀ ਇਹ ਅੱਜ ਜਦ ਕਿਸੇ ਅਰਥਚਾਰੇ 'ਚ ਅਰਥ ਦੇ ਚਾਰੇ ਦੇ ਮਾਹਰ ਬੈਠੇ ਨੇ, ਅਰਥਚਾਰਾ ਕਿਵੇਂ ਹੁੰਦਾ? ਅਰਥਚਾਰਾ ਤਾਂ ਚੱਲਦਾ ਜੇ ਕੱਚਾ ਮਾਲ ਤਿਆਰ ਬਣੀ ਜਾਵੇ, ਪੈਦਾ ਹੋਈ ਜਾਵੇ, ਪੱਕਾ ਮਾਲ ਉਹ ਤੋਂ ਬਣੀ ਜਾਵੇ ਅਤੇ ਉਹ ਬਾਜ਼ਾਰ 'ਚ ਵਿਕੀ ਜਾਵੇ, ਠੀਕ ਹੋ ਗਿਆ। ਹੁਣ ਸਾਡੇ ਸਮੱਸਿਆ, ਫਿਰ ਅਸੀਂ ਕਹਿੰਦੇ ਅਰਥਚਾਰ 'ਚ ਮੰਦੀ ਆ ਗਈ। ਮੰਦੀ ਕੀ ਹੁੰਦੀ ਹੈ? ਮੰਦੀ ਇਹ ਹੁੰਦੀ ਹੈ ਵੀ ਜਾਂ ਤਾਂ ਤੁਹਾਡੇ ਕੋਲ ਕੱਚਾ ਮਾਲ ਨਹੀਂ ਆ ਰਿਹਾ, ਜਾਂ ਤੁਹਾਡੇ ਕੋਲ ਪੱਕਾ ਮਾਲ ਨਹੀਂ ਤਿਆਰ ਹੋ ਰਿਹਾ, ਜਾਂ ਤੁਹਾਡਾ ਪੱਕਾ ਮਾਲ ਵਿਕ ਨਹੀਂ ਰਿਹਾ, ਠੀਕ ਹੋ ਗਿਆ। ਸਾਡੀ ਮੰਦੀ ਜਿਹੜੀ 1929 ਤੋਂ 33 'ਚ ਆਈ ਸੀ ਜਾਂ ਹੁਣ ਵੀ ਆਈ ਹੈ, ਉਹ ਮਾਲ ਨਾ ਵਿਕਣ ਦੀ ਹੈ। ਕਾਰਾਂ ਵਿਕ ਨਹੀਂ ਰਹੀਆਂ, ਇਹ ਵੀ ਕਾਰਾਂ ਤਿਆਰ ਨਹੀਂ ਹੋ ਰਹੀਆਂ, ਸਕੂਟਰ ਵਿਕ
ਲੋਕਾਂ ਨੂੰ ਜੋਬ ਸਰਵਿਸ ਮਿਲ ਨਹੀਂ ਰਹੀ, ਇਹ ਨਹੀਂ ਕਿ ਲੋਕ ਸਰਵਿਸ ਕਰਨ ਵਾਲੇ ਨਹੀਂ ਹੈਗੇ, ਸੋ ਇਸ ਕਰਕੇ ਪਲੀਜ਼ ਲੈਟ ਅਸ ਨਾਟ ਇੰਟਰਫੇਅਰ ਨਹੀਂ ਕਰਨਾ। ਸੋ ਜਦ ਅਸੀਂ ਇਹ ਪੈਸੇ ਜਿਹੜੇ ਅਸੀਂ ਇਹਦੇ ਵਿੱਚ ਤਰੀਕਾ ਕੀ ਸੀ ਵੀ ਸਾਡਾ ਮਾਲ ਵਿਕੇ, ਮਾਲ ਵਿਕਣ ਦੇ ਤਿੰਨ ਸਰੋਤ ਨੇ, ਇੱਕ ਹੈਗਾ ਤੁਸੀਂ ਬਾਹਰਲੇ ਮੁਲਕਾਂ ਨੂੰ ਵੇਚੋ ਮਾਲ, ਦੂਜਾ ਹੈਗਾ ਸਰਕਾਰ ਖਰੀਦੇ, ਸਰਕਾਰ ਬੜੀ ਵੱਡੀ ਪਰਚੇਸਰ ਹੈ, ਅਤੇ ਤੀਜਾ ਲੋਕ ਖਰੀਦਣ। ਹੁਣ ਬਾਹਰਲੇ ਮੁਲਕ ਤਾਂ ਸਾਡਾ ਮਾਲ ਮੰਦਾ ਕਰਕੇ ਕਹਿੰਦੇ ਵੀ ਇਹਨਾਂ 'ਚ ਤਾਂ ਜ਼ਹਿਰ ਹੈ ਜੀ, ਰੋਟੀ 'ਚ ਤਾਂ ਫਲਾਣਾ ਆ, ਰਾਮਦੇਵ ਦੇ ਬਥੇਰੇ ਉਤਪਾਦ ਰੱਦ ਹੋ ਗਏ, ਇਹਨਾਂ ਦੀ ਕੁਆਲਿਟੀ ਲੋ ਹੈ, ਇਸ ਕਰਕੇ ਬਾਹਰਲੇ ਮੁਲਕਾਂ 'ਚ ਨਹੀਂ ਸਾਡਾ ਵਿਕ ਰਿਹਾ। ਸਰਕਾਰਾਂ ਇਸ ਗੱਲ 'ਤੇ ਤਿਆਰ ਹੀ ਨਹੀਂ ਵੀ ਅਸੀਂ ਸਕੂਲਾਂ ਦੀਆਂ ਕੋਈ ਬਿਲਡਿੰਗਾਂ ਬਣਾ ਦਈਏ, ਕੋਈ ਬੈਂਚ ਦੇ ਦਈਏ, ਕੋਈ ਵਰਦੀਆਂ ਦੇ ਦਈਏ, ਕੋਈ ਬੱਚਿਆਂ ਨੂੰ ਸਕੂਟਰ ਸਾਈਕਲ ਦੇ ਦਈਏ, ਕਹਿੰਦੇ ਮੋਬਾਈਲ ਦੇ ਦਾਂਗੇ ਪੰਜਾਬ ਸਰਕਾਰ, ਕਹਿੰਦੀ ਆ ਇਹ ਕਰ ਰਹੇ ਨੇ ਹੈ, ਅਤੇ ਆਂਗਣਵਾੜੀ ਸੈਂਟਰ ਬਣਾ ਦਈਏ, ਅਸੀਂ ਕੋਈ ਹੈਲਥ ਸੈਂਟਰ ਬਣਾ ਦਈਏ, ਉੱਥੇ ਬੈੱਡ ਦੇ ਦਈਏ, ਮਰੀਜ਼ਾਂ ਨੂੰ ਦਵਾਈ ਮੁਫਤ ਦੇ ਦਈਏ, ਉੱਥੇ ਸਾਜੋ ਸਮਾਨ ਦੇ ਦਈਏ, ਅਸੀਂ ਸੜਕਾਂ ਚੰਗੀਆਂ ਬਣਾ ਦਈਏ, ਲੋਕਾਂ ਨੂੰ ਬੱਸ ਟੈਂਪੂ ਸਸਤੇ ਦੇ ਦਈਏ, ਲੋਕਾਂ ਨੂੰ ਸਵਾਰੀ ਕਰਨ ਵਾਸਤੇ ਤਾਂ ਕਿ ਲੋਕ ਜਾਣ ਕਰਾ ਉਹਦੇ ਉੱਤੇ ਉਹ ਹੋਵੇ, ਅਤੇ ਇਹ ਸਰਕਾਰ ਨੇ ਲੋਕਾਂ ਨੂੰ ਘਰ ਬਣਾ ਕੇ ਦੇ ਦਈਏ, ਬੇਕਰਿਆਂ ਨੂੰ ਤਾਂ ਕੋਈ ਇੱਟ ਸਮਿੰਟ ਬਹੁਤ ਕੁਛ ਵਿਕੂਗਾ। ਇਹ ਜਿਹੜੀ ਹੈਗੀ ਹੈ ਸਰਕਾਰ ਨੇ ਪਰਚੇਜ਼ ਬੰਦ ਕਰਤੀ, ਸਰਕਾਰ ਕਹਿੰਦੀ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਹੈਗਾ। ਹੁਣ ਤੀਜਾ ਤਰੀਕਾ ਵੀ ਲੋਕਾਂ ਕੋਲ ਪੈਸਾ ਹੋਵੇ, ਲੋਕ ਖਰੀਦਣ ਇਹ ਸਾਰੀਆਂ ਚੀਜ਼ਾਂ, ਆਪਾਂ ਦੇਖਦੇ ਇੱਥੇ ਕਹਿੰਦੇ ਦੋ ਦੀ ਬਜਾਏ ਪੰਜ ਪੈਸੇ ਦੋ ਦੇ ਦਿਓ, ਪੰਜ ਖਰੀਦੋ, ਮਤਲਬ ਮਾਲ ਜ਼ਿਆਦਾ ਪਿਆ। ਸੋ ਉਹ ਜਿਹੜਾ ਹੁਣ ਸਰਕਾਰ ਨੇ ਕੀ ਕਰਿਆ, ਸਰਕਾਰ ਨੇ ਆਰ ਬੀ ਆਈ ਤੋਂ 1.75 ਲੱਖ ਕਰੋੜ ਰੁਪਇਆ ਲੈ ਲਿਆ, ਪਹਿਲਾਂ 70,000 ਕਰੋੜ, ਉਹ ਰੁਪਈਆ ਲੈ ਕੇ ਦਿੱਤਾ ਕਿਹਨੂੰ ਹੈ, ਦਿੱਤਾ ਵੱਡਿਆਂ ਨੂੰ, ਉਹ ਵੱਡੇ ਤੋਂ ਉਹ ਹੋਰ ਇੰਡਸਟਰੀ ਲਾਉਣਗੇ ਤੁਹਾਡੇ ਖਿਆਲ 'ਚ, ਇੰਪਲਾਇਮੈਂਟ ਤਾਂ ਜਨਰੇਟ ਹੋਊਗੀ ਨਾ, ਹੋਰ ਇੰਡਸਟਰੀ ਉਹਨਾਂ ਕੋਲ ਪਹਿਲੇ ਵਾਧੂ ਪਿਆ, ਜਿਹੜੇ ਕਾਰਖਾਨੇ 'ਚੋਂ ਮਾਲ ਪੈਦਾ ਕਰਦੇ ਨੇ ਉਹ ਕਾਰਖਾਨੇ ਉਹ ਬੰਦ ਕਰਨ ਨੂੰ ਫਿਰਦੇ ਨੇ ਅੱਧਾ, ਵੀ ਹੁਣ ਦੋ ਤਿੰਨ ਸ਼ਿਫਟਾਂ ਬੰਦ ਹੋ ਚੁੱਕੀਆਂ, ਪੰਜਾਬ ਵਿੱਚ ਨੁਕਸਾਨ ਹੋਇਆ ਬਹੁਤ, ਇਹੀ ਮੈਂ ਕਹਿਣਾ ਜੇ ਤਿੰਨ ਸ਼ਿਫਟਾਂ ਨੇ ਦੋ ਕਰਤੀਆਂ, ਜੇ ਦੋ ਨੇ ਇੱਕ ਕਰਤੀ, ਤੁਸੀਂ ਦੇਖੋ ਅਸੀਂ ਪ੍ਰੋਡਕਸ਼ਨ ਘਟਾ ਦੀ, ਜਦੋਂ ਪ੍ਰੋਡਕਸ਼ਨ ਘਟਾਉਂਦੇ ਨੇ ਉਹਦੇ ਨਾਲ ਕੀ ਹੈ, ਕੱਚਾ ਮਾਲ ਨਹੀਂ ਵਿਕੇਗਾ, ਉਹਦੇ ਨਾਲ ਮਜ਼ਦੂਰਾਂ ਨੂੰ ਜੋਬ ਨਹੀਂ ਮਿਲੇਗਾ, ਉਹਨਾਂ ਟਰੱਕ ਨੂੰ ਢੋਣ ਵਾਲ ਨੂੰ ਸਮਾਨ ਢੋਣ ਦਾ ਨਹੀਂ ਮਿਲੇਗਾ, ਉਹਨੂੰ ਪਾਂਡੀ ਜਿਹੜਾ ਉੱਥੇ ਲੱਦਦਾ ਜਿਹੜਾ ਲਹਾਈ ਕਰਦਾ ਉਹਨੂੰ ਜੋਬ ਨਹੀਂ ਮਿਲੇਗਾ। ਸੋ ਉਹ ਜਦ ਉਹਨੂੰ ਨਹੀਂ ਮਿਲੇਗਾ ਤਾਂ ਛੋਟੇ ਦੁਕਾਨਦਾਰ ਕੋਲੋਂ ਮਾਲ ਨਹੀਂ ਖਰੀਦੇਗਾ, ਰੇਹੜੀ ਵਾਲੇ ਕੋਲ ਕੋਈ ਗੋਭੀ ਨਹੀਂ ਖਰੀਦੇਗਾ, ਇਸ ਕਰਕੇ ਰੇਹੜੀ ਵਾਲੇ ਦਾ ਕੰਮ ਗਿਰੇਗਾ, ਦੁਕਾਨਦਾਰ ਦਾ ਗਿਰੇਗਾ, ਠੀਕ ਹੋ ਗਿਆ। ਇਹਨਾਂ ਨੇ ਉਹ ਪੈਸਾ ਉਹਨੂੰ ਦਿੱਤਾ ਉੱਪਰਲੇ ਨੂੰ, ਜੇ ਇਹੀ ਪੈਸਾ ਇਹ ਮਨਰੇਗਾ ਦੇ ਉੱਤੇ ਸਰਕਾਰੀ ਛੋਟੇ ਛੋਟੇ ਪਿੰਡਾਂ ਦੇ ਵਿੱਚ ਜਿਹੜੀ ਨਿੱਕੀ ਨਿੱਕੀ ਗੱਲ ਕਰਨੀ ਸੀ ਡਿਵੈਲਪਮੈਂਟ ਦੇ ਕੰਮ ਉਹਨਾਂ 'ਤੇ ਲਾਉਂਦੇ ਤਾਂ ਉਹਦੇ ਨਾਲ GST ਦੀ ਕਲੈਕਸ਼ਨ ਹੁੰਦੀ, ਸਰਕੂਲੇਟ ਹੋਣਾ, ਉਹਦੇ ਨਾਲ ਹਾਂ ਨਹੀਂ ਕੱਚਾ ਮਾਲ ਵਿਕਦਾ। ਜੇ ਤੁਸੀਂ ਕਹਿੰਦੇ ਅਸੀਂ ਸਕੂਲਾਂ 'ਚ ਵਰਦੀਆਂ ਦੇਤੀਆਂ, ਸੂਤੀ ਕੱਪੜੇ ਦੀਆਂ ਵਰਦੀਆਂ ਦੇ ਦਿਓ ਅਤੇ ਤੁਹਾਡੀ ਕਪਾਹ ਦਾ ਸਾਰਾ ਤੁਹਾਡਾ ਰੇਸ਼ਾ ਵਿਕੇਗਾ, ਕਪਾਹ ਵਿਕੇਗੀ। ਜੇ ਤੁਸੀਂ ਕਹਿੰਦੇ ਹੋ ਅਸੀਂ ਬੱਚਿਆਂ ਨੂੰ ਭੋਜਨ ਦੇਤਾ ਤਾਂ ਜਿਹੜਾ ਤੁਹਾਡੇ ਸਟੋਰਾਂ 'ਚ ਫਾਲਤੂ ਪਿਆ ਉਹ ਵਿਕੇਗਾ, ਉਹਦੇ 'ਤੇ ਟੈਕਸ ਤਾਂ ਤੁਹਾਡੇ ਕੋਲ ਕਲੈਕਸ਼ਨ ਹੋ ਰਹੀ ਹੈ। ਜੇ ਤੁਸੀਂ ਕਹਿੰਦੇ ਇੱਥੇ ਬੈਂਚ ਦੇਤੇ ਤਾਂ ਫਿਰ ਉਹਦੇ 'ਤੇ ਤੁਹਾਡੇ ਕੋਲ ਟੈਕਸ ਆਏਗਾ, ਤੁਹਾਡੀ ਲੱਕੜੀ ਵਿਕੇਗੀ ਜੰਗਲਾਂ ਦੇ ਵੀ। ਸੋ ਤੁਹਾਡੇ ਕੋਲ ਕੋਈ ਵੀ ਚੀਜ਼ ਜਦ ਤੁਸੀਂ ਦਿੰਦੇ ਹੋ ਲੋਕਾਂ ਨੂੰ ਤਾਂ ਉਹ ਵਿਕੇਗੀ, ਕੱਚਾ ਮਾਲ ਵਿਕੇਗਾ, ਕੱਚੇ ਤੋਂ ਪੱਕਾ ਮਾਲ ਪੈਦਾ ਹੋਏਗਾ, ਥੱਲੇ ਲੋਕਾਂ ਨੂੰ ਮਿਲੇਗਾ। ਲੋਕਾਂ ਕੋਲ ਜਿਹੜਾ ਪੈਸਾ ਮਨਰੇਗਾ ਦੇ ਰਾਹੀਂ 240 ਰੁਪਏ ਤਾਂ ਦਿਹਾੜੀ ਹੈ, 240 ਦੇ ਉੱਤੇ 160 ਰੁਪਈਏ, 24 × 96, ਠੀਕ ਹੈ, ਉਹਦੇ ਉੱਤੇ ਇਹ ਜਿਹੜੇ ਪੈਸੇ ਨੇ, ਸੋਰੀ 196 ਰੁਪਏ, 96 ਰੁਪਏ ਉੱਤੇ ਮਟੀਰੀਅਲ ਕੋਸਟ ਮਿਲਣੀ ਹੈ। ਉਹ ਜਿਹੜੇ 96 ਰੁਪਏ ਦਾ ਸਮਾਨ ਹੀ ਖਰੀਦਣਗੇ ਨਾ, ਕੋਈ ਪੁਲੀ ਬਣੂਗੀ, ਕੋਈ ਪੈਸਾ ਬਣੂਗਾ, ਤੁਹਾਡੀ ਕਰਦਾ ਵੀ ਜਦ ਜੇ ਉਹਦੇ ਉੱਤੇ ਅਸੀਂ ਜਿਹੜੇ ਜਿਹਨਾਂ ਕੋਲ ਪੈਸਾ ਨਹੀਂ ਹੈ ਉਹਨਾਂ ਕੋਲ ਅਸੀਂ ਪੈਸਾ ਬਣਦੇ ਤਾਂ ਉਹ ਪੈਸਾ ਸਰਕੂਲੇਸ਼ਨ 'ਚ ਆ ਕੇ ਮਾਰਕੀਟ ਨੂੰ ਉਬਾਲਾ ਦਿੰਦਾ, ਉਛਾਲਾ ਦਿੰਦਾ। ਹੁਣ ਅਸੀਂ ਪੈਸਾ ਵੱਡਿਆਂ ਨੂੰ ਦਿੱਤਾ, ਉਹਨਾਂ ਨੂੰ ਤਾਂ ਪਹਿਲਾਂ ਹੀ ਦੱਬਿਆ ਹੋਇਆ, ਜਿਹਨੇ ਧਨ ਪਹਿਲਾਂ ਅਰਜਿਤ ਕਰਕੇ ਦੱਬਿਆ ਹੋਇਆ ਹੈ, ਅਤੇ ਉਹਦੇ ਕੋਲੋਂ ਹੋਰ 4 ਬੋਰੀਆਂ ਦੱਬ ਦਿਓ ਅਤੇ ਫਰਕ ਕੀ ਪੈਣਾ। ਠੀਕ ਹੈ, ਮੈਂ ਪੰਜਾਬ ਦੀ ਮੰਦੀ ਦਾ ਜ਼ਿਕਰ ਕਰ ਰਿਹਾ ਸੀ, ਪੰਜਾਬ ਵਿੱਚ ਖਜ਼ਾਨਾ ਖਾਲੀ ਕਿਉਂ ਹੋਇਆ? ਮੈਂ ਇਸ ਜਦੋਂ ਸਰਕਾਰਾਂ ਬਣਦੀਆਂ ਹੈਗੀਆਂ, ਚੋਣ ਪ੍ਰਚਾਰ ਹੁੰਦਾ, ਉਦੋਂ ਇਲਜ਼ਾਮ ਲਾ ਜਾਂਦੇ ਆਹ ਮਾਫੀਆ ਹੈਗਾ, ਉਹ ਮਾਫੀਆ ਹੈਗਾ, ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਸਾਰੇ ਮਾਫੀਆਂ ਦੀ ਗੱਲ ਕੀਤੀ ਜਾਂਦੀ ਹੈ। ਨਵੀਆਂ ਸਰਕਾਰਾਂ ਨੇ ਕੀ ਕਾਰਵਾਈ ਕੀਤੀ? ਮੇਰਾ ਸਵਾਲ ਇੱਕ ਨਾਲ ਇਹ ਵੀ ਹੈਗਾ, ਟੈਕਸ ਕਲੈਕਸ਼ਨ ਦੇ ਵਿੱਚ ਮਨਪ੍ਰੀਤ ਬਾਦਲ ਫੇਲ ਹੋਏ ਆ ਜਾਂ ਪੂਰੀ ਸਰਕਾਰ ਆ, ਪੂਰਾ ਪ੍ਰਸ਼ਾਸਨ ਫੇਲ ਹੋਇਆ, ਇਕੱਲਾ ਮਨਪ੍ਰੀਤ ਬਾਦਲ ਜ਼ਿੰਮੇਵਾਰ ਹੈ? ਨਹੀਂ, ਮਨਪ੍ਰੀਤ ਬਾਦਲ ਵੀ ਇਕੱਲਾ ਜ਼ਿੰਮੇਵਾਰ ਨਹੀਂ, ਟੋਟਲ ਸਰਕਾਰ ਜ਼ਿੰਮੇਵਾਰ ਹੈ। ਪਹਿਲੀ ਗੱਲ, ਸਾਰੇ ਮਾਫੀਆ ਨੇ ਜਦ ਤੁਸੀਂ ਜਿਹੜਾ ਪੈਸਾ ਇਕੱਠਾ ਹੋਣਾ, ਜਿਵੇਂ ਤੁਸੀਂ ਗੋਝੀ ਰੱਖਣ ਲੱਗ ਜੇ ਕੋਈ ਘਰੇ, ਤੇ ਫਿਰ ਉਹ ਤਨਖਾਹ ਤਾਂ ਉਹਦੀ ਅੱਧੀ ਤਨਖਾਹ ਤੋਂ ਕਿਤੇ ਹੋਰ ਹੀ ਲਾ ਦਿੰਦਾ, ਫਿਰ ਘਰੇ ਤਾਂ ਪੈਸਾ ਆਉਣਾ ਹੀ ਨਹੀਂ। ਇਹਨਾਂ ਨੇ ਖਜ਼ਾਨੇ 'ਚ ਪੈਸਾ ਜਮ੍ਹਾਂ ਹੋਣ ਦੀ ਬਜਾਏ ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਆਇਆ ਨਹੀਂ ਜਲੰਧਰ 'ਚੋਂ ਵੀ ਕਿੰਨੀਆਂ ਬੱਸਾਂ ਪ੍ਰਾਈਵੇਟ ਉੱਦਾਂ ਹੀ ਚੱਲਦੀਆਂ ਨੇ ਬਿਨਾਂ ਟੈਕਸ ਦੇ, ਜਿਹੜਾ ਮਾੜਾ ਮੋਟਾ ਫਿਕਸ ਟੈਕਸ ਦੇਣਾ ਉਹ ਵੀ ਨਹੀਂ ਦੇ ਰਹੀਆਂ। ਇੱਕ ਲਾਇਸੈਂਸ ਹੈ ਅਤੇ ਬੱਸਾਂ 40 ਚੱਲ ਰਹੀਆਂ ਨੇ, ਇਹ ਕਿਵੇਂ ਚੱਲ ਰਹੀਆਂ ਨੇ? ਮਾਫੀਏ ਦੇ ਨਾਲ ਚੱਲ ਰਹੀਆਂ ਨੇ। ਰੇਤ ਦੇ ਉੱਤੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਐਂ ਕਰਾਂਗੇ, ਸ਼ਰਾਬ ਦਾ ਮਾਫੀਆ, ਤੇ ਇੱਥੇ ਹੀ ਫਿਰ ਵੱਡੇ ਘਰਾਣੇ ਕੋਲੇ ਪੈਸਾ ਪਿਆ, ਵੱਡੇ ਘਰਾਣੇ ਕੋਲੇ ਪੈਸਾ ਜਾ ਰਿਹਾ ਹੈ, ਉਹਨਾਂ ਦੀ ਮਾਫੀ ਹੈ, ਫਿਰ ਪੂਰਾ ਮਾਡਲ ਤਾਂ ਉਹੀ ਹੈ ਨਾ, ਬਿਲਕੁਲ ਉਹੀ ਮਾਡਲ ਹੈ। ਇਹ ਐਵੇਂ ਇਹ ਕਾਂਗਰਸੀਆਂ ਅਕਾਲੀਆਂ ਬੀਜੇਪੀ ਦਾ ਉਹੀ ਦਿਖਾਵਾ ਹੀ ਹੈ, ਅੰਦਰ ਸਾਰੇ ਲੜੇ ਹੋਏ ਨੇ, ਸਾਰੇ
कि इन्हां दी आपदी सोशो इकोनॉमिक सर्वे कहिंदी है सर्वेखन कि जी 73% रूरल हाउस होल्ड ने जिहड़े इह सिर्फ 5000 रुपए महीने ते गुजारा करदे ने इह इह लिविंग वेज है बिल्कुल इह रहण दा गुजारा है किसान रोज तुसीं अखबार रोज पढ़ो सवेरे उठ के रोणा हुंदा है रोज 2-4 किसान ने सुसाइड करिया हुंदा रोज किसी दे 2-4 दे गोलियां वज्जियां हुंदियां ने असीं कहिंदे पिंडां वाला पंजाब पिंडां वाला भारत असीं इह कहिंदे हैगे खुशल साहब बहुत बड़ा हाल करता है ब्रेक ते जाण तों पहले सवाल तुहाडे तों जरूर लैणा ਜਿਹੜੀ ਇਹਨਾਂ ਨੇ ਰੂਰਲ ਇਕਨੋਮੀ ਦੀ ਗੱਲ ਕੀਤੀ ਹੈਗੀ ਮੈਂ ਨਾਲ ਕਿਸਾਨੀ ਸੈਕਟਰ ਦੀ ਵੀ ਗੱਲ ਕਰਨਾ ਚਾਹੁੰਦਾ ਕਿਸਾਨੀ ਸੈਕਟਰ ਜੋ GDP ਵਿੱਚ ਹਿੱਸਾ ਪਾਉਂਦਾ ਸੀ ਉਹ ਹੁਣ ਘਟਿਆ ਕਿਉਂ ਹੈ ਦੇਖੋ ਜੀ ਮੈਂ ਪਹਿਲਾਂ ਵੀ ਜਿਹੜੀ ਗੱਲ ਕਹੀ ਹੈ ਮੈਂ ਫਿਰ ਉਸੇ ਦਾ ਜ਼ਿਕਰ ਕਰ ਦਿੰਦਾ ਵੀ ਡੀਮੋਨੇਟਾਈਜੇਸ਼ਨ ਔਰ GST ਨੇ ਸਾਨੂੰ ਬਹੁਤ ਵੱਡੇ ਨਹੀਂ ਉਸ ਤੋਂ ਪਹਿਲਾਂ ਵੀ ਕਿਸਾਨ ਘਾਟੇ ਚਲਾ ਗਿਆ ਦੇਖੋ 13-14 ਦੇ ਵਿੱਚ ਤਾਂ 2 ਸਾਲ ਲਗਾਤਾਰ 2013-2014 ਦੇ ਵਿੱਚ 2012-13-13-14 ਦੇ ਵਿੱਚ ਤਾਂ ਕੰਟੀਨਿਊਸਲੀ ਸਾਡਾ 2 ਸਾਲ ਬਾਰਿਸ਼ ਦੇ ਕਾਰਨ ਪ੍ਰੋਬਲਮ ਰਹੀ ਨਹੀਂ ਐਗਰੀਕਲਚਰ ਸੈਕਟਰ ਨੂੰ ਅਸੀਂ ਬਰਬਾਦ ਕਰਨਾ ਚਾਹੁੰਦੇ ਹਾਂ ਦੇਖੋ ਜਿਹੜੀਆਂ ਐਗਰੀਕਲਚਰ ਸੈਕਟਰ ਦੀ ਹੁਣ GDP ਵਾਸਤੇ ਲੋੜ ਨਹੀਂ ਹੈਗੀ ਨਹੀਂ ਇੱਦਾਂ ਦੀ ਗੱਲ ਨਹੀਂ ਐਗਰੀਕਲਚਰ ਸੈਕਟਰ ਹਜੇ ਵੀ 65% ਲੋਕ ਜਿਹੜੇ ਨੇ ਐਗਰੀਕਲਚਰ ਸੈਕਟਰ ਦੇ ਵਿੱਚ ਨੇ ਜੇ 65% ਤੇ ਗੱਲ ਹੀ ਨਹੀਂ ਹੁੰਦੀ ਡਾਟਾ ਕਰਕੇ ਕਹਿੰਦੇ ਗੱਲ 1% ਦੀ ਹੁੰਦੀ ਹੈ ਹਾਂ ਗੱਲ 1% ਸਾਡੀ ਜਿਹੜੀਆਂ ਪ੍ਰਾਇਰਟੀਜ਼ ਨੇ ਉਹ ਕਿਤੇ ਨਾ ਕਿਤੇ ਅਸੀਂ ਉਹ ਕਾਰਪੋਰੇਟ ਵੱਲ ਨੂੰ ਲੈ ਕੇ ਗਏ ਹੋਏ ਹਾਂ ਉਹ ਜਿਹੜਾ ਆਮ ਲੋਕਾਂ ਵੱਲ ਛੋਟੀ ਕਿਸਾਨੀ ਵੱਲ ਛੋਟੇ ਉਦਯੋਗਾਂ ਵੱਲ ਉੱਥੇ ਨਹੀਂ ਰਹਿ ਗਈ ਹੈ ਇਸੇ ਕਰਕੇ ਇਸੇ ਗੱਲ ਦਾ ਨਤੀਜਾ ਹੈ ਵੀ ਸਾਡੀ ਪ੍ਰੋਬਲਮ ਜਿਹੜੀ ਆਈ ਹੈ ਦੈਟ ਇਜ਼ ਐਟ ਦਾ ਬੋਟਮ ਆਫ ਦਾ ਪਿਰਾਮਿਡ ਅੱਜ ਅਸੀਂ ਆਪਣੇ ਜਿਹੜੀ ਗਰਗ ਸਾਹਿਬ ਨੇ ਗੱਲ ਕੀਤੀ ਹੈ ਵੀ ਪ੍ਰੋਬਲਮ ਕਿੱਥੇ ਹੈ ਡਿਮਾਂਡ ਦੀ ਪ੍ਰੋਬਲਮ ਤਾਂ ਡਿਮਾਂਡ ਦੀ ਪ੍ਰੋਬਲਮ ਹੈ ਕਿੱਥੇ ਡਿਮਾਂਡ ਦੀ ਪ੍ਰੋਬਲਮ ਹੈ ਛੋਟੀ ਕਿਸਾਨੀ ਦੇ ਵਿੱਚ ਡਿਮਾਂਡ ਦੀ ਪ੍ਰੋਬਲਮ ਹੈ ਜਿਹੜੇ ਲੋਕਾਂ ਨੂੰ ਅਨਇੰਪਲੋਇਮੈਂਟ ਹੋਈ ਹੈ ਡਿਮਾਂਡ ਦੀ ਪ੍ਰੋਬਲਮ ਹੈ ਜਿੱਥੇ ਲੋਕਾਂ ਦੀਆਂ ਨੌਕਰੀਆਂ ਨਹੀਂ ਹੈ ਡਿਮਾਂਡ ਦੀ ਪ੍ਰੋਬਲਮ ਹੈ ਜਿੱਥੇ ਲੋਕਾਂ ਦੀ ਖਰੀਦਣ ਦੀ ਸ਼ਕਤੀ ਘੱਟ ਗਈ ਹੈ ਇੱਥੇ ਪ੍ਰੋਬਲਮ ਹੈ ਔਰ ਅਸੀਂ ਉਹਦਾ ਇਲਾਜ ਜਿਹੜਾ ਕਰ ਰਹੇ ਹਾਂ ਅਸੀਂ ਉਹਨੂੰ ਇਨਵੈਸਟਮੈਂਟ ਵਾਲੇ ਪੱਖੋਂ ਦੀ ਦੇਖ ਰਹੇ ਹਾਂ ਵੀ ਇਨਵੈਸਟਮੈਂਟ ਹੋਏਗੀ ਨੌਕਰੀਆਂ ਮਿਲਣਗੀਆਂ ਜਦਕਿ ਇਲਾਜ ਗਲਤ ਜਗ੍ਹਾ 'ਤੇ ਕਰਦੇ ਜਿਵੇਂ ਤੁਸੀਂ ਪਹਿਲਾਂ ਚਲੋ ਇੱਕ ਛੋਟਾ ਹੋਰ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਊਂਗਾ ਮੇਰੇ ਕੋਲ ਸਾਰੇ ਅੰਕੜੇ ਪਏ ਹੋਏਗਾ ਜੇ ਮੈਂ ਅੰਕੜਿਆਂ ਵਿੱਚ ਤੁਹਾਨੂੰ ਉਲਝਾ ਦੂੰਗਾ ਤਾਂ ਫਿਰ ਸਰਕਾਰ ਵਾਂਗੂ ਮੈਂ ਵੀ ਕਰਨ ਲੱਗ ਪਊਂਗਾ ਇਸ ਲਈ ਮੈਂ ਅੰਕੜੇ ਦਾ ਜ਼ਿਕਰ ਨਹੀਂ ਕਰ ਰਿਹਾ ਕਿੰਨਾ ਪੰਜਾਬ ਨੇ ਟੈਕਸ ਇਕੱਠਾ ਕਰਨਾ ਸੀਗਾ ਮੇਰੇ ਕੋਲ ਉਹ ਵੀ ਡਾਟਾ ਪਿਆ ਹੈਗਾ ਪੰਜਾਬ ਦੇ ਖਜ਼ਾਨੇ ਵਿੱਚ ਕਿੰਨਾ ਰੁਪਇਆ ਹੈਗਾ ਉਹ ਵੀ ਮੇਰੇ ਕੋਲ ਪਿਆ ਹੈਗਾ ਅਤੇ ਪੰਜਾਬ ਪਾਵਰ ਕੌਮ ਦਾ ਕਿਹੜਾ ਜਿਹੜਾ ਬਿੱਲ ਤਾਰਨਾ ਪੰਜਾਬ ਸਰਕਾਰ ਦਾ ਬਾਕੀ ਹੈਗਾ ਉਹ ਡਾਟਾ ਵੀ ਮੇਰੇ ਕੋਲ ਪਿਆ ਹੈਗਾ ਅਤੇ ਕਿਹੜੇ ਸਰਕਾਰੀ ਵਿਭਾਗ ਆ ਜਿਹੜੇ ਪੰਜਾਬ ਬਿਜਲੀ ਵਿਭਾਗ ਦੇ ਪਾਵਰ ਕੌਮ ਦੇ ਬਿੱਲ ਨਹੀਂ ਤਾਰਦੇ ਪਏ ਉਹਨਾਂ ਦਾ ਡਾਟਾ ਵੀ ਪਿਆ ਹੈਗਾ ਜਿਹੜੇ ਸਰਕਾਰੀ ਵਿਭਾਗ ਆ ਜਿਹੜੇ ਖਾਲੀ ਪਏ ਹੈਗੇ ਆ ਜਿਹਨਾਂ ਦੀਆਂ ਬਿਲਡਿੰਗਾਂ ਜਿਹੜੀਆਂ ਖਰਾਬ ਪਈਆਂ ਹੈਗੀਆਂ ਉਹਨਾਂ ਦਾ ਅੰਕੜਾ ਵੀ ਸਾਡੇ ਕੋਲ ਪਿਆ ਹੈਗਾ ਪਰ ਇਸ ਸਭ ਦੇ ਵਿਚਾਲੇ ਸਵਾਲ ਇੱਕੋ ਹੀ ਆ ਪੰਜਾਬ ਨੂੰ ਕਿਹੜੀ ਸਿਉਂਕ ਲੱਗੀ ਆ ਸਾਰੇ ਕਹਿੰਦੇ ਹੁੰਦੇ ਸੀ ਪੰਜਾਬ ਨੂੰ ਨਜ਼ਰ ਲੱਗ ਗਈ ਆ ਨਜ਼ਰ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਗਾ ਨਜ਼ਰਾਂ ਖਰਾਬ ਹੋ ਗਈਆਂ ਮੈਂ ਉਹਨਾਂ 'ਤੇ ਵਿਸ਼ਵਾਸ ਰੱਖਦਾ ਨਜ਼ਰਾਂ ਖਰਾਬ ਹੋਈਆਂ ਇਸੇ ਕਰਕੇ ਪੰਜਾਬ ਨੂੰ ਸਿਉਂਕ ਲੱਗ ਰਹੀ ਆ ਬ੍ਰੇਕ ਤੋਂ ਵਾਪਸ ਆ ਰਿਹਾ ਸਵਾਲ ਇੱਕੋ ਪੁੱਛ ਰਹੇ ਪੰਜਾਬ ਦਾ ਖਜ਼ਾਨਾ ਖਾਲੀ ਕਰਨ ਲਈ ਕੌਣ ਕਿੰਨਾ ਜ਼ਿੰਮੇਵਾਰ ਹੈਗਾ ਕੁਲਜਿੰਦਰ ਢੀਂਡ ਸਾਹਿਬ ਮੇਰੇ ਕੋਲ ਮੈਂ ਤੁਹਾਡੇ ਤੋਂ ਲਾਸਟ ਕਮੈਂਟ ਲੈਣਾ ਜਿਹੜੀ ਮੁੱਖ ਵਿਰੋਧੀ ਧਿਰ ਹੁੰਦੀ ਹੈ ਜਾਂ ਵਿਰੋਧੀ ਜਿਹੜੇ ਹੁੰਦੇ ਆ ਉਹ ਵਾਚਮੈਨ ਦਾ ਕੰਮ ਕਰਦੇ ਹੈਗੇ ਆ ਮੈਨੂੰ ਲੱਗਦਾ ਤੁਸੀਂ ਉਸ ਭੂਮਿਕਾ ਦੇ ਵਿੱਚ ਤੁਸੀਂ ਫੇਲ ਹੋਏ ਹੋ ਇਸ ਕਰਕੇ ਪੰਜਾਬ ਦਾ ਖਜ਼ਾਨਾ ਖਾਲੀ ਹੋ ਰਿਹਾ ਕਿਉਂਕਿ ਤੁਸੀਂ ਚਿਤਾਇਆ ਹੀ ਨਹੀਂ ਤੁਸੀਂ ਜਾਗਰੂਕ ਹੀ ਨਹੀਂ ਕੀਤਾ ਨਾ ਤੁਸੀਂ ਲੋਕਾਂ ਵਿੱਚ ਉਸ ਤਰੀਕੇ ਨਾਲ ਮੁੱਦੇ ਲੈ ਕੇ ਅਤੇ ਨਾ ਤੁਸੀਂ ਉੱਥੇ ਸਰਕਾਰ ਨੂੰ ਜਗਾ ਸਕੇ ਕਿ ਭਾਈ ਤੁਸੀਂ ਕਰ ਕੀ ਰਹੇ ਹੋ KP ਜੀ ਅਸੀਂ ਹਰ ਵਕਤ ਸਰਕਾਰ ਨੂੰ ਚਿਤਾਉਂਦੇ ਹਾਂ ਤੁਸੀਂ ਮੈਂ ਤੁਹਾਨੂੰ ਮੇਰੇ 2 ਮਿੰਟ ਦੇ ਦਿਓ ਕਿਉਂਕਿ ਤੁਸੀਂ ਕਹਿ ਅਸੀਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਿਹੜੇ ਇਹਨਾਂ ਦੇ ਆਹ ਗੱਲ ਚੱਲ ਰਹੀ ਸੀ ਕਿ ਪੱਗਾਂ ਦੇ ਰੰਗ ਹੀ ਬਦਲਿਆ ਸਰਕਾਰ ਬਦਲੀ ਪੱਗਾਂ ਦੇ ਰੰਗ ਬਦਲਿਆ ਉਹੀ ਮਾਈਨਿੰਗ ਮਾਫੀਆ ਉਹੀ ਟਰਾਂਸਪੋਰਟ ਮਾਫੀਆ ਉਹੀ ਕੇਬਲ ਮਾਫੀਆ ਉਹੀ ਬੱਸ ਮਾਫੀਆ ਉਹਦੇ ਜੀ ਤੁਹਾਡੇ ਬੰਦੇ ਜਾ ਰਹੇ ਆ ਸਾਡੇ ਬੰਦੇ ਕੀ ਉਸੇ ਜੀ ਜਾ ਰਹੇ ਆ ਨਾ ਉਹਨਾਂ ਪਾਰਟੀਆਂ 'ਚ ਜਾ ਰਹੇ ਨਾ ਤੁਹਾਡੇ ਬੰਦੇ ਸ਼ਿਫਟ ਹੋ ਰਹੇ ਆ ਸਾਡਾ ਕੋਈ ਉਹਨਾਂ ਪਾਰਟੀਆਂ 'ਚ ਜਾ ਰਹੇ ਆ ਦੇਖੋ ਉਹ ਆਪਦੀ ਵਿਚਾਰਧਾਰਾ ਹੈ ਸਾਡੀ ਪਾਰਟੀ ਜਿੱਥੇ ਸਟੈਂਡ ਕਰਦੀ ਆ ਉਹ ਪਰਸਨਲ ਇੰਡੀਵਿਜੂਅਲ ਕੋਈ ਕਿਤੇ ਜਾਵੇ ਕੋਈ ਨਾ ਜਾਵੇ ਉਹ ਦੈਟ ਇਜ਼ ਡਿਫਰੈਂਟ ਸੀ ਜਿਹੜੀ ਇਕਨੋਮੀ ਦੇ ਗੱਲ ਕਰਦੇ ਆਪਾਂ ਪੰਜਾਬ ਨੂੰ ਰੋਲਿਆ ਕਿਹਨੇ ਆ ਇਹਨਾਂ 2 ਘਰਾਨਿਆਂ ਨੇ ਰੋਲਿਆ ਇੱਧਰੋਂ ਕੈਪਟਨ ਅਮਰਿੰਦਰ ਸਿੰਘ ਉੱਧਰੋਂ ਬਾਦਲ ਪਰਿਵਾਰ ਇਹਨਾਂ ਦੋਨਾਂ ਦਾ ਤੁਸੀਂ ਰਿਕਾਰਡ ਚੱਕ ਕੇ ਦੇਖ ਲਓ ਇਹ ਕਿੱਥੇ ਸੀਗੇ ਅਤੇ ਅੱਜ ਕਿੱਥੇ ਪਹੁੰਚੇ ਹੈ 80-80 ਕਿੱਲਿਆਂ ਦੇ ਮਾਲਕ 80-80 ਹਜ਼ਾਰ ਕਰੋੜ ਦੀ ਪ੍ਰੋਪਰਟੀ ਬਣਾਈ ਬੈਠੇ ਆ ਇਹ ਆਪ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਦੇਖ ਲਓ ਤੁਸੀਂ ਇਹਨਾਂ ਮਤਲਬ ਪੂਰੀ ਐਸ਼ ਪ੍ਰਸਤੀ 'ਚ ਸਰਕਾਰ ਚੱਲ ਰਹੀ ਹੈ 20-20 ਦਿਨ ਟੂਰ ਲਾ ਕੇ ਆਉਂਦੇ ਨੇ ਇਕਨੋਮੀ ਦੀ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਵਕੀਲ ਨੂੰ ਕੇਸ ਕਰ ਦੋ ਨਾ ਇਹਨਾਂ ਤੇ ਕਿਸਾਨੀ ਦੀ ਜਿਹੜੀ ਤੁਸੀਂ ਸਾਰੇ ਅੰਕੜੇ ਹੈਗੇ ਮੈਨੂੰ ਨਹੀਂ ਪਤਾ ਤੁਹਾਡੇ ਅੰਕੜੇ ਕਿੰਨੇ ਦਰੁਸਤ ਹੈਗੇ ਆ ਤੁਹਾਡੇ ਕੋਲ ਸਾਰੇ ਅੰਕੜੇ ਹੈਗੇ ਕੋਰਟ ਵਿੱਚ ਫੜੋ ਨਾ ਇਹਨਾਂ ਨੂੰ ਕੋਰਟ 'ਚ ਲੈ ਕੇ ਜਾਓ ਹਾਂ ਪਾਓ ਤੁਸੀਂ ਕਿਸਾਨੀ ਸੈਕਟਰ ਦੇ ਵਿੱਚ ਹਾਂ ਕਿਸਾਨੀ ਸੈਕਟਰ ਜਿਹੜੀ ਐਗਰੀਕਲਚਰ ਸੈਕਟਰ ਤੁਸੀਂ ਗੱਲ ਚੱਕੀ ਮੈਂ ਇੱਕ ਵਾਰ ਬਿਆਨਬਾਜੀ ਸਾਰੇ ਕਰਦੇ ਪੁਜਿੰਦਰ ਢੀਂਡਸਾ ਉਹ ਤਾਂ ਸਾਰੇ ਸੁਣਦੇ ਆ ਰੋਜ਼ ਇੱਥੇ ਲੀਗਲ ਜਿੱਥੇ ਲੀਗਲ ਫਾਰਮੈਲਿਟੀਆਂ ਅਸੀਂ ਜਾ ਸਕਦੇ ਹਾਂ ਅਸੀਂ ਉੱਥੇ ਜਾਣੇ ਵੀ ਆ
ਸਾਨੂੰ ਜਾਣਾ ਵੀ ਚਾਹੀਦਾ ਸਾਰਿਆਂ ਨੂੰ। ਜਦੋਂ ਤੁਸੀਂ ਲੀਗਲ ਲੀਗਲੀ ਤਾਂ ਤੁਸੀਂ ਨਹੀਂ, ਉਸ ਤੋਂ ਬਾਅਦ ਤੁਹਾਡੇ ਤੇ ਮੁਕੱਦਮਾ ਤਾਂ ਫਿਰ ਕੀ ਭੱਜ ਜਾਂਦੇ ਹੋ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਵੀ ਆਪਦਾ ਜੀਐਸਟੀ ਰੀਫੰਡ ਕਰਵਾ ਸਕਦੇ ਹੋ, ਤੁਸੀਂ ਕਿਉਂ ਫਿਰ ਫਾਈਨੈਂਸ ਮਿਨਿਸਟਰ ਨੂੰ ਮਿਲਦੇ ਫਿਰਦੇ ਹੋ? ਜੇ ਤੁਸੀਂ ਲੈਣਾ ਹੀ ਆ, ਉਹ ਕਹਿੰਦੇ ਸੀ ਜਾਵਾਂਗੇ ਅਸੀਂ, ਦੈਟ ਇਜ਼ ਦਾ ਲਾਸਟ ਆਪਸ਼ਨ, ਦੈਟ ਇਜ਼ ਦਾ ਲਾਸਟ ਆਪਸ਼ਨ, ਤੁਸੀਂ ਪਾ ਦਿੰਦੇ ਕੋਈ ਪਟੀਸ਼ਨ ਜੇ ਪੰਜਾਬ ਨਹੀਂ, ਜੇ ਪੰਜਾਬ ਦਾ ਇੰਨਾ ਹੀ ਤੁਹਾਨੂੰ ਦਰਦ ਹੈਗਾ, ਤੁਸੀਂ ਪਾ ਦਿੰਦੇ, ਜੋ ਨਹੀਂ ਨਹੀਂ ਕਰਦੇ ਪਏ ਕੁਝ, ਤੁਸੀਂ ਪਾ ਦੇ ਕਿ ਤੁਸੀਂ ਨਹੀਂ ਪਾ ਸਕਦੇ? ਅਸੀਂ ਤਾਂ ਕਹਿੰਦੇ ਸਾਨੂੰ ਸਰਕਾਰ ਸਮਝੋ, ਤੁਸੀਂ ਪਾ ਸਕਦੇ ਕਿ ਨਹੀਂ ਪਾ ਸਕਦੇ? ਸਰਕਾਰ ਸਰਕਾਰ ਦਿੱਲੀ ਦੇ ਵਿੱਚ ਨਹੀਂ, ਸਰਕਾਰ ਨੇ ਸਾਰਾ ਕੁਝ ਤੁਸੀਂ 25 ਲੱਖ ਰੁਪਏ ਦੇਣ ਨੂੰ ਕਹਿੰਦੇ ਸੀਗੇ, ਤੁਸੀਂ ਕਿਤੇ ਜਾ ਕੇ ਸਰਕਾਰ ਦਿੱਲੀ ਦੇ ਵਿੱਚ ਚੱਲ ਰਹੀ ਹੈ, ਤੁਹਾਨੂੰ ਮੈਂ ਦਿੱਲੀ ਦੇ 2 ਮਿੰਟ ਚ ਕੰਮ ਗਿਣਾ ਦਿੰਦਾ ਫਿਰ ਮੈਂ। ਤੁਸੀਂ ਪਹਿਲਾਂ ਵੀ ਕਿਹਾ ਸਾਡੀ ਸਾਡੀ ਦਿੱਲੀ ਦੇ ਵਿੱਚ ਅਸੀਂ ਕਿਵੇਂ ਸਾਡੀ ਦਿੱਲੀ ਮੁਨਾਫੇ ਚ ਕਿਵੇਂ ਆ? ਦਿੱਲੀ ਸਾਰੇ ਦਿੱਲੀ ਦਿੱਲੀ ਕਿਵੇਂ ਮੁਨਾਫੇ ਚ? ਪੰਜਾਬ ਕਿਉਂ ਡੁੱਬਿਆ ਪਿਆ? ਬਾਕੀ ਸਾਰਾ ਇੰਡੀਆ ਕਿਉਂ ਡੁੱਬਿਆ ਪਿਆ? ਦਿੱਲੀ ਦੇ ਵਿੱਚ ਇੱਕ ਇਮਾਨਦਾਰ ਸਰਕਾਰ ਹੈ। ਤੁਸੀਂ 50,000 ਪਰ ਹੈਕਟੇਅਰ ਕਿਸਾਨਾਂ ਨੂੰ ਮਿਲਦਾ, ਜੋ ਕਿਸਾਨਾਂ ਦੀ ਗੱਲ ਤੁਸੀਂ ਕੀਤੀ ਸੀ, ਜੇ ਕੋਈ ਜ਼ਮੀਨ ਆਪਣੀ ਕੁਦਰਤੀ ਕੁਦਰਤੀ ਜਿੰਨਾ ਮਰਜ਼ੀ ਕਿਸਾਨ ਹੈ, ਜਿੰਨਾ ਮਰਜ਼ੀ ਕਿਸਾਨ ਹੈ, ਇਸ ਦਲੀਲ ਨੂੰ ਲੈ ਸਕਦਾ ਇਹਦੇ ਵਿੱਚ ਕਿ ਉੱਥੇ ਇਮਾਨਦਾਰ ਨਾਲ ਕੰਮ ਹੋ ਰਿਹਾ, ਜੋ ਜਿੰਨਾ ਵੀ ਹੋ ਰਿਹਾ, ਇਸ ਦਲੀਲ ਨੂੰ ਅਸੈਪਟ ਕੀਤਾ ਜਾ ਸਕਦਾ, ਬਿਲਕੁਲ। ਪਰ ਤੁਸੀਂ ਉੱਥੋਂ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਕੰਪੇਅਰ ਨਹੀਂ ਕਰ ਸਕਦੇ। ਸੁਣ ਦਾ ਦਮ ਰੱਖਿਆ ਕਰੋ, ਜੇ ਉੱਥੇ ਦੀ ਇੰਡਸਟਰੀ ਹੈ ਤੇ ਪੰਜਾਬ ਦੀ ਇੰਡਸਟਰੀ ਨੂੰ ਨਹੀਂ ਕੰਪੇਅਰ ਕਰ ਸਕਦੇ। ਉੱਥੇ ਤੁਸੀਂ NCR ਚ ਬੈਠੇ ਹੋ, ਉੱਥੇ ਤੁਹਾਨੂੰ ਸਾਰੇ ਰਿਸੋਰਸ ਸਾਰੇ ਨੇੜੇ ਨੇੜੇ ਹੈਗੇ ਆ, ਪੰਜਾਬ ਨੂੰ ਉੱਥੇ ਕੰਪੇਅਰ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਹੱਦੀ ਸੂਬਾ, ਪੰਜਾਬ ਦੀਆਂ ਮੁਸ਼ਕਲਾਂ ਹੋਰ ਹੈ, ਪੰਜਾਬ ਨੇ ਦਹਿਸ਼ਤਗਰਦੀ ਦਾ ਦੌਰ ਚੱਲਿਆ, ਕਾਲਾ ਦੌਰ ਦੇਖਿਆ ਪੰਜਾਬ ਨੇ। ਤੁਸੀਂ ਠੀਕ ਹੈ, ਤੁਹਾਡੀ ਗੱਲ ਠੀਕ ਹੈ ਕਿ ਉਸ ਤੋਂ ਬਾਅਦ ਕਿ ਲੀਡਰਸ਼ਿਪ ਦਾ ਹੈ ਨਹੀਂ ਇਹਨਾਂ ਨੂੰ, ਇਹਨਾਂ ਦਾ ਕੋਈ ਰੋਲ ਨਹੀਂ ਕਿ ਪੰਜਾਬ ਨੂੰ ਸੁਧਾਰਿਆ ਕਿਵੇਂ ਜਾਵੇ, ਕਿਵੇਂ ਟਰੈਕ ਤੇ ਲੈ ਕੇ ਆਇਆ ਜਾਵੇ। ਠੀਕ ਹੈ, ਸਵਾਮੀਨਾਥਨ ਕਮੇਟੀ ਨੂੰ ਲਾਗੂ ਕਰਨ ਦੀ ਹਰ ਸਰਕਾਰ ਗੱਲ ਕਰਦੀ ਹੈ, ਕਿਸੇ ਨੇ ਸਟੈਪ ਚੱਕਿਆ ਬਾਅਦ ਦੇ ਵਿੱਚ ਵੋਟਾਂ ਲੈਣ ਵੇਲੇ ਹਰ ਕੋਈ ਕਹੂਗਾ ਅਸੀਂ ਸਵਾਮੀਨਾਥਨ ਕਮੇਟੀ ਰਿਪੋਰਟ ਲਾਗੂ ਕਰਾਂਗੇ। ਅਸੀਂ ਦਿੱਲੀ 'ਚ ਕਰ ਦਿੱਤੀ, ਚਾਹੇ ਜਿੰਨਾ ਮਰਜ਼ੀ ਕਿਸਾਨੀ ਅਸੀਂ ਕੀਤੀ ਆ, ਤੇ ਦਿੱਲੀ ਦੇ ਵਿੱਚ ਬੱਸਿਸ ਫ੍ਰੀ ਨੇ ਲੇਡੀਜ਼ ਵਾਸਤੇ, ਨਾਲ ਮਾਰਸ਼ਲ ਬੈਠਾ ਦੇ ਵਿੱਚ, ਕੋਈ ਛੇੜਖਾਨੀ ਨਾ ਹੋ ਜੇ। ਇਲੈਕਟ੍ਰਿਸਿਟੀ ਫ੍ਰੀ ਹੈ, ਰੁਪੀਜ਼ ਪਰ 1 ਪਰ ਯੂਨਿਟ ਆ ਉੱਥੇ, ਉਸ ਤੋਂ ਬਾਅਦ 200 ਯੂਨਿਟ ਤੋਂ ਬਾਅਦ। ਫਿਰ ਹੋਸਪਿਟਲ ਦੇ ਵਿੱਚ ਦੇਖ ਲਓ ਤੁਸੀਂ, ਅੱਜ ਕੋਈ ਵੀ ਬੰਦਾ ਪੂਰੇ ਭਾਰਤ ਦੇ ਵਿੱਚੋਂ ਜੇ ਦਿੱਲੀ ਦੇ ਵਿੱਚ ਜਾ ਕੇ ਬਾਈ ਚਾਂਸ ਉਹਦਾ ਕੋਈ ਐਕਸੀਡੈਂਟ ਹੋ ਜਾਂਦਾ, ਤਾਂ ਨੀਅਰ ਬਾਈ ਹੋਸਪਿਟਲ ਦੇ ਵਿੱਚ ਉਹਨੂੰ ਤੁਸੀਂ ਛੱਡ ਸਕਦੇ, ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ। ਪੰਜਾਬ ਸਾਰਾ ਖਰਚਾ ਦਿੱਲੀ ਸਰਕਾਰ ਦੇਊਗੀ, CCTV ਕੈਮਰੇ ਸਾਰੇ ਕਿਤੇ ਲੱਗੀ ਜਾਂਦੇ, ਵਾਈਫਾਈ ਅਸੀਂ ਲਾਈ ਜਾਂਦੇ ਆ, ਮਤਲਬ ਸਾਡੇ ਹੱਥ 'ਚ ਜੋ ਅਸੀਂ ਕਰੀ ਜਾਂਦੇ ਆ। ਇਹ ਪੰਜਾਬ ਸਰਕਾਰ ਨੂੰ ਚਾਹੀਦਾ, ਬਲੇਮ ਗੇਮ ਨਾਲ ਕੁਛ ਨਹੀਂ ਬਣਦਾ। ਸੁਖਬੀਰ ਬਾਦਲ ਬੋਲੀ ਜਾਂਦੇ ਆ ਇੱਥੇ, ਹੁਣ ਤੁਸੀਂ ਪ੍ਰਚਾਰ ਵੀ ਕਰ ਲਿਆ ਦੀ ਪਾਰਟੀ ਦਾ, ਕਰ ਲਿਆ ਮੈਂ ਤੁਹਾਨੂੰ ਮੌਕਾ ਦਿੱਤਾ। ਡਟ ਗਰਗ, ਸਵਾਲ ਇਹ ਹੈਗਾ ਕਿ ਹੁਣ ਕੰਪੈਰੀਜ਼ਨ ਹੋਣ ਲੱਗ ਪਿਆ ਪੰਜਾਬ ਦਾ, ਪਹਿਲਾਂ ਪੰਜਾਬ ਨੰਬਰ 1 ਤੇ ਖੜਾ ਹੁੰਦਾ ਸੀ, ਉਹਨੂੰ ਦੇਖ ਕੇ ਸਾਰੇ ਸੂਬੇ ਚੱਲਦੇ ਹੁੰਦੇ ਸੀਗੇ, ਹੁਣ ਪੰਜਾਬ ਨੂੰ ਇਸ ਤਰੀਕੇ ਨਾਲ ਦੇਖਿਆ ਜਾਂਦਾ, ਪਰ ਕੈਪਟਨ ਦੇ ਵਿੱਚ ਹਰਿਆਣਾ ਤੋਂ ਪਛੜ ਗਏ ਸੀ, ਪਹਿਲਾਂ ਤਾਂ ਮੈਂ ਦਿੱਲੀ ਤੋਂ ਪਛੜ ਗਏ। ਪਹਿਲਾਂ ਤਾਂ ਮੈਂ ਇਹ ਕਹੂੰਗਾ, ਜਿੱਥੇ ਸਰਕਾਰ ਜ਼ਿੰਮੇਵਾਰ ਹੈ ਉੱਥੇ ਜਿਹੜੇ ਵਿਰੋਧੀ ਧਿਰ ਜਿਨ੍ਹਾਂ ਕੋਲ ਪਾਵਰ ਸੀ ਉਹਨਾਂ 'ਚ ਤਾਂ ਕਹਿੰਦੇ 10 ਪੂਰਬੀ ਅਤੇ 12 ਚੁਣਿਆਂ ਵਾਲੀ ਗੱਲ ਹੋਈ ਹੈ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਦਿੱਲੀ ਨਾਲ ਗੱਲਾਂ 'ਚ ਕੋਈ ਫਾਇਦਾ ਨਹੀਂ ਕਹਿਣ ਦਾ। ਇੱਥੇ ਜੋ ਕੁਛ ਹੋਇਆ, ਜੋ ਇਹਨਾਂ ਦੇ ਬੰਦੇ ਗਾਹਾਂ ਦੀ ਗਾਹਾਂ ਗਏ, BJP ਤੱਕ ਰਲ ਗਏ, ਇਹਨਾਂ ਦਾ MP ਰਲ ਗਿਆ, ਹੋਰ ਹੋ ਗਿਆ, ਸਭ ਕੁਛ ਹੋਇਆ। ਇਹ ਅੱਖਾਂ ਐਂ ਵੀ ਇਹੀ ਪ੍ਰੋਬਲਮ ਹੈ ਸਾਡੀ, ਸਾਡੇ ਪੜ੍ਹੇ ਲਿਖੇ ਜਿਹੜੇ ਸਿਆਸਤ 'ਚ ਮਾੜਾ ਮੋਟਾ ਪੈਰ ਰੱਖਦੇ ਨੇ ਨਾ, ਉਹ ਵੀ ਬਾਬਰ ਕੇ ਇੱਦਾਂ ਦੀਆਂ ਗੱਲਾਂ ਕਰਦੇ ਨੇ, ਸਾਨੂੰ ਹਕੀਕਤ ਤੋਂ ਅੱਖਾਂ ਵੇਚਦੇ ਨੇ, ਇਹ ਹਕੀਕਤ ਤੋਂ ਅੱਖਾਂ ਵੇਚ ਰਹੇ ਨੇ, ਇਹਨਾਂ ਨੂੰ ਹਕੀਕਤ ਦੇਖਣੀ ਪਊ। ਨੌਜਵਾਨ ਨੇ ਇਹ ਆਪਨੇ ਇੱਕ ਹੋਪ ਜਗਾਈ ਸੀ ਕਿ ਇੱਕ ਵਧੀਆ ਸਰਕਾਰਾਂ ਬਣਨਗੀਆਂ, ਪਰ ਪੰਜਾਬ ਦੇ ਵਿੱਚ ਆਪਨੇ ਪਹਿਲਾਂ 4 ਇਹਨਾਂ ਨੂੰ MP ਦਿੱਤੇ, ਉਹਨਾਂ 'ਚੋਂ 2 ਤਾਂ ਬਿਲਕੁਲ ਹੀ ਇੱਕ ਪਾਸੇ ਰਹੇ, ਨਾ ਇਹਨਾਂ ਨੇ ਕੱਢੇ ਨਾ ਉਹ ਗਏ, ਆਪਣੀ ਪੈਨਸ਼ਨ ਵੀ ਲਈ ਜਾਂਦੇ ਨੇ, ਆਪਣੀ ਗੱਲਾਂ ਵੀ ਉਹੀ ਕਰੀ ਜਾਂਦੇ। ਇਹਨਾਂ ਦੇ MPਾਂ ਨੇ ਵੀ ਕਿਤੇ ਕਿਹਾ ਵੀ ਲੋਕ ਪਿੰਡਾਂ ਦੇ ਇਕੱਠ ਕਰਕੇ ਸਾਨੂੰ MP ਲੈਣ ਦਾ 5-5 ਕਰੋੜ ਰੁਪਇਆ ਜਿਹੜਾ ਵੰਡਿਆ ਤਾਂ ਅਸੀਂ ਆ, 25-25 ਕਰੋੜ ਰੁਪਇਆ ਹਰੇਕ MP ਨੇ, ਜਿਵੇਂ ਵੀ ਉਹਨੇ ਆਪਦੀ ਜੇਬ 'ਚੋਂ ਦੇਣਾ ਹੁੰਦਾ, ਉਹਦੀ ਜੇਬ ਦਾ ਪੈਸਾ, ਪਹਿਲੀ ਗੱਲ ਇਹ ਕੋਈ ਵਾਪਸ ਜਾਂਦਾ ਰਹੇ। ਸੋ ਵੰਡਣਾ ਹੋਰ ਗੱਲ ਹੈ, ਇਹੀ ਮੈਂ ਕਹਿੰਦਾ, ਵੰਡ ਕੇ ਤੁਸੀਂ ਵੀ ਅਸੀਂ ਮੁਫ਼ਤ ਦੇ ਤਾ ਜੀ, ਅਸੀਂ ਪੈਸੇ ਵੰਡਤੇ, ਵੰਡੇ ਕਿਵੇਂ? ਇਨਸਾਫ ਨਾਲ ਵੰਡੇ, ਲੋਕਾਂ ਨੂੰ ਸ਼ਾਮਿਲ ਕਰਕੇ ਵੰਡੇ, ਜਿਵੇਂ ਉੱਥੇ ਜਦ ਤੁਸੀਂ ਕਹਿੰਦੇ ਸੀ ਸਵਰਾਜ, ਜਿਵੇਂ ਉੱਥੇ ਉਹਨਾਂ ਨੇ ਮੱਲਾ ਸਭਾ ਦੀ ਗੱਲ ਕੀਤੀ ਸੀ, ਇੱਥੇ ਗ੍ਰਾਮ ਸਭਾ ਦੀ ਗੱਲ ਹੋਣੀ ਚਾਹੀਦੀ ਸੀ। ਜਿਵੇਂ ਜਦ ਤੁਸੀਂ ਸਵਰਾਜ ਦੀ ਗੱਲ ਕਰੋ, ਇਹਨਾਂ ਦੇ 1 MLA ਨੂੰ ਦਿਖਾਓ ਜਿਹਨੇ ਗ੍ਰਾਮ ਸਭਾ ਦੀ ਗੱਲ ਕਰਾਈ ਹੋਵੇ, ਇਹਨਾਂ ਦੇ 1 MP ਨੂੰ ਦਿਖਾਓ ਜਿਨ੍ਹਾਂ ਨੇ ਗ੍ਰਾਮ ਸਭਾ ਦੇ ਰਾਹੀਂ ਇਕੱਠ ਕਰਕੇ ਪੈਸਾ ਉਹ ਦਿੱਤਾ ਹੋਵੇ। ਇਸ਼ੂ ਇਹ ਹੈ, ਇਹ ਪਾਸਾ ਦੂਜਾ ਹੈ। ਹੁਣ ਮੈਂ ਦੂਜੇ ਪਾਸੇ ਜਾਂਦਾ, ਦੂਜਾ ਪਾਸਾ ਇਹ ਹੈ ਕਿ ਅਸੀਂ ਲੋਕਾਂ ਨੂੰ ਸਿਰਫ ਵੀ ਅਸੀਂ ਤੁਹਾਨੂੰ ਆਹ ਵੀ ਮੁਫ਼ਤ ਦੇ ਦਾਂਗੇ, ਆਹ ਵੀ ਮੁਫ਼ਤ ਦੇ ਦਾਂਗੇ, ਇਹ ਲੋਕਾਂ ਨੂੰ ਅਸੀਂ ਰੁਜ਼ਗਾਰ ਦੇ ਕੇ ਸਵਾਲੰਬੀ ਬਣਾਉਣਾ ਹੈ, ਨਾ ਕਿ ਅਸੀਂ ਲੋਕਾਂ ਨੂੰ ਅੰਗ ਤੇ ਬਣਾਉਣ ਦੀ ਕੋਸ਼ਿਸ਼, ਅਸੀਂ ਉਹਨਾਂ ਨੂੰ ਹੈਂਡੀਕੈਪ ਕਰ ਰਹੇ ਹਾਂ ਜਾਣ ਕੇ, ਤਾਂ ਕਿ ਉਹ ਥੱਲੇ ਲੱਗੇ ਜਾਣ। ਇਹ ਤਾਂ ਨਸ਼ਾ ਲਾਉਣ ਵਾਲੀ ਗੱਲ ਹੈ, ਇਹ ਠੀਕ ਹੈ ਜਿੱਥੇ
ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਕਹਿਣੀ ਚਾਹੁੰਦਾ ਕਿ ਜਦ ਪੰਜਾਬ ਦੀ ਅਸੈਂਬਲੀ ਹੁੰਦੀ ਹੈ ਇਹਨਾਂ ਨੇ ਕਿੱਥੇ ਮਾਰੇ ਨੇ ਧਰਨੇ ਵੀ ਤੁਸੀਂ ਇੱਕ ਦਿਨ ਦੀ ਕਹਿੰਦੇ ਜੀ ਕੋਈ ਉਹ ਨਹੀਂ ਆਪੋਜੀਸ਼ਨ ਦਾ ਬੰਦਾ ਵਿੱਚ ਬਹਿੰਦਾ ਲੀਡਰ ਜਦ ਉਹ ਤੈਅ ਹੁੰਦਾ ਆਪਣਾ ਏਜੰਡਾ ਉੱਥੇ ਤਾਂ ਬੋਲੇ ਨਹੀਂ ਪਿੱਛੋਂ ਇੱਕ ਬਿਆਨ ਦਿੱਤਾ ਕਿ ਜੀ ਇੱਕ ਦਿਨ ਦੀ ਅਸੈਂਬਲੀ ਇੱਕ ਦਿਨ ਦੀ ਅਸੈਂਬਲੀ ਹੋਈ ਹੈ ਪੰਜਾਬ 'ਚ ਕਹਿੰਦੇ ਪੰਜਾਬ 'ਚ ਕੋਈ ਸਮੱਸਿਆ ਨਹੀਂ ਸਾਡੇ ਕੋਲ ਕੰਮ ਹੀ ਕੋਈ ਨਹੀਂ ਹੈ ਜੇ ਕੰਮ ਕੋਈ ਨਹੀਂ ਤੁਸੀਂ ਬਾਹਰ ਧਰਨਾ ਮਾਰ ਦਿਓ ਤੁਸੀਂ ਧਰਨੇ ਮਾਰੋ ਪਿੰਡਾਂ ਦੇ ਵਿੱਚ ਤੁਸੀਂ ਸ਼ਹਿਰਾਂ 'ਚ ਤੁਸੀਂ ਡਿਸਟ੍ਰਿਕਟ ਹੈੱਡਕੁਆਰਟਰ ਅਤੇ ਅਸੈਂਬਲੀ ਦੇ ਅੱਗੇ ਕਿ ਜੀ ਇੰਨੇ ਕੰਮ ਪਏ ਨੇ ਨਸ਼ਿਆਂ ਨਾਲ ਲੋਕ ਮਰੀ ਜਾਂਦੇ ਨੇ ਨਸ਼ਾਂ ਦਾ ਮਾਫੀਆ ਚੱਲਦਾ ਹੈ ਇੱਥੇ ਮਾਫੀਆ ਗਿਣਾ ਜਾਂਦੇ ਨੇ ਇੱਥੇ ਟੀ ਵੀ 'ਤੇ ਬਹਿ ਕੇ ਅਤੇ ਤੁਸੀਂ ਇੱਥੇ ਕਿਸਾਨ ਮਰੀ ਜਾਂਦਾ ਹੈ ਇੱਥੇ ਪੜ੍ਹਾਈ ਨਹੀਂ ਹੋ ਰਹੀ ਇੱਥੇ ਹਸਪਤਾਲਾਂ 'ਚ ਇਲਾਜ ਨਹੀਂ ਹੋ ਰਿਹਾ ਹਰਿਆਣੇ ਨੇ ਹਿਮਾਚਲ ਨੇ ਚਾਰ ਚਾਰ ਮੈਡੀਕਲ ਕਾਲਜ ਸਰਕਾਰੀ ਖੋਲ੍ਹਤੇ ਤੁਹਾਡੇ ਦੋ ਵੀ ਬੰਦ ਹੋਣ ਨੂੰ ਫਿਰਦੇ ਨੇ ਇਹਨਾਂ ਨੇ ਕੋਈ ਬੋਲਿਆ ਕੋਈ ਪਾਲਿਸੀ ਲੈ ਕੇ ਆਏ 25 ਲੱਖ ਜਿਹੜਾ ਰੁਜ਼ਗਾਰ ਦੇਣਾ ਸੀ ਨੌਜਵਾਨਾਂ ਨੂੰ ਕਿਹੜਾ ਰੁਜ਼ਗਾਰ ਦਿੱਤਾ ਇਹਨਾਂ ਨੇ ਜੇ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੇ ਤਾਂ ਨੌਜਵਾਨ ਤਾਂ ਰਸ਼ੇ ਵੱਲ ਨੂੰ ਜਾਣਾ ਨਹੀਂ ਸੀ ਉਹਨਾਂ ਉਹ ਰੁਜ਼ਗਾਰ ਦਿੱਤਾ ਜਾ ਸਕਦਾ ਸੀ ਤੁਸੀਂ ਬਥੇਰੇ ਤੁਹਾਨੂੰ ਸਕੂਲਾਂ 'ਚ ਟੀਚਰਾਂ ਦੀ ਲੋੜ ਹੈ ਤੁਹਾਨੂੰ ਪੈਰਾਮੈਡੀਕਲ ਵਰਕਰ ਦੀ ਲੋੜ ਹੈ ਤੁਹਾਨੂੰ ਲੇਡੀਜ਼ ਦੀ ਲੋੜ ਹੈ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਸਾਂਭਣ ਤੁਹਾਨੂੰ ਬੱਚਿਆਂ ਨੂੰ ਸਾਂਭਣ ਲਈ ਲੋੜ ਹੈ ਤੁਹਾਨੂੰ ਕਰੇਚਾਂ ਦੀ ਲੋੜ ਹੈ ਤੁਹਾਨੂੰ ਘੱਟੋ ਘੱਟ ਇਹਨਾਂ ਚੀਜ਼ਾਂ ਦੀ ਮਿਨੀਮਮ ਲੋੜ ਹੈ ਪਰ ਤੁਸੀਂ ਤਾਂ ਉਹਨੂੰ ਜੋਬ ਹੀ ਨਹੀਂ ਦੇ ਰਹੇ ਨਾ ਤੁਸੀਂ ਜੋਬ ਮੰਗਣ ਦੀ ਗੱਲ ਕੋਈ ਕੰਕਰੀਟ ਕਰੀ ਵੀ ਇਸ ਤਰੀਕੇ ਨਾਲ ਜੋਬ ਦੇਣਾ ਕਹਿ ਤਾਂ 25 ਲੱਖ ਦੇਵਾਂਗੇ ਇਹਨਾਂ ਦੇ ਹੁਣ ਗਿਣਾ ਦੇਣ ਵੀ 25 ਲੱਖ ਕਿਵੇਂ ਦੇਣੇ ਸੀ ਸੋ ਕਹਿਣ ਦੀ ਗੱਲ ਬੜੀ ਵੱਖਰੀ ਹੈ ਬਲੂਪ੍ਰਿੰਟ ਕੋਈ ਨਹੀਂ ਅਤੇ ਕਹਿਣਾ ਹੋਰ ਹੈ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਧੇ ਕੱਚਿਆ ਸਾਨੂੰ ਡੇਟੇ ਦੇ ਹਿਸਾਬ ਨਾਲ ਦੇਖਣਾ ਪਏਗਾ ਕਿ ਪੰਜਾਬ ਨੂੰ ਜਿਸ ਕਦਰ ਅਸੀਂ ਜਿੱਥੇ ਥੱਲੇ ਪਹੁੰਚਾਤਾ ਜਿਸ ਕਦਰ ਅੱਜ ਹੀ ਤੁਸੀਂ ਪੜ੍ਹ ਲਓ ਟ੍ਰਿਬਿਊਨ ਦੇ ਵਿੱਚ ਹੋ ਗਿਆ ਅਸੀਂ ਰੋਜ਼ ਉਸ ਕਿਉਂਕਿ ਅਸੀਂ ਰੱਟ ਦੱਸਦੀ ਹੁਣ 'ਚ ਚੱਲਦੇ ਹਾਂ ਅਸੀਂ ਜੀ ਡਾਇਵਰਸੀਫਿਕੇਸ਼ਨ ਕਰਾਂਗੇ ਜਿੱਦੇ ਹਿੰਦੁਸਤਾਨ 'ਚ ਡਾਇਵਰਸੀਫਿਕੇਸ਼ਨ ਕਰਾਉਣਾ ਕਿਹਦਾ ਏਮ ਹੈ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਦਾ ਪਾਣੀ ਖਰਾਬ ਹੋਵੇ ਡਾਇਵਰਸੀਫਿਕੇਸ਼ਨ ਕਣਕ ਦੀ ਨਹੀਂ ਹੋਣੀ ਝੋਨੇ ਦੀ ਹੋਣੀ ਹੈ ਅਤੇ ਕਣਕ ਦੇ ਵਾਸਤੇ ਅਸੀਂ ਕਣਕ ਸਾਡੀ ਪੈਦਾ ਵੀ ਜ਼ਿਆਦਾ ਹੋ ਰਹੀ ਹੈ ਉਹਦਾ ਰੇਟ ਵੀ ਸਾਨੂੰ ਮਿਲਣ ਦੇ ਬਾਵਜੂਦ ਕਿਸਾਨ ਸੂਈ ਸੜਕ ਖੇਤੀ ਦਾ GDP 'ਚ ਹਿੱਸਾ ਜਿਹੜਾ ਹੈ ਪੰਜਾਬ ਦੀ SDP 'ਚ ਖੇਤੀ ਦਾ ਹਿੱਸਾ 14.63% ਰਹਿ ਗਿਆ ਟੋਟਲ ਜੇ ਬਾਗਬਾਨੀ ਐਨੀਮਲ ਹਸਬੈਂਡਰੀ ਤਾਂ 23% ਬਣਦਾ ਜਿਹੜਾ ਕਿ ਕਿਸੇ ਜ਼ਮਾਨੇ ਦੇ ਵਿੱਚ 52% ਸੀ ਅੱਜ ਵੀ ਖੇਤੀ ਦੇ ਉੱਤੇ 98,47,000 ਟੋਟਲ ਵਰਕਫੋਰਸ ਹੈ ਪੰਜਾਬ ਦੀ 2011 ਦੇ ਸੈਂਸਸ ਮੁਤਾਬਕ ਉਹਦੇ ਵਿੱਚੋਂ 35,50,000 ਜਿਹੜਾ ਹੈ ਉਹ ਇਕੱਲੀ ਖੇਤੀ 'ਚ ਹੈ ਜਿਹ 'ਚੋਂ 19 ਲੱਖ ਕਿਸਾਨ ਨੇ 16.5 ਲੱਖ ਮਜ਼ਦੂਰ ਹੈ ਸੋ ਐਡੀ ਵੱਡੀ ਖੇਤੀ ਇੰਪਲਾਇਮੈਂਟ ਦਾ ਸੋਰਸ ਹੈ ਛੋਟਾ ਵਪਾਰ ਇਹਨਾਂ ਨੇ ਕਿਹਾ ਹਾਂ ਖੇਤੀ ਸੈਕਟਰ ਨੂੰ ਮਾਰ ਰਹੇ ਹੋ ਤੁਸੀਂ ਛੋਟੇ ਵਪਾਰੀ ਨੂੰ GST ਰਾਹੀਂ ਉਹਨਾਂ ਨੇ ਮਾਰਤਾ ਤੁਸੀਂ ਉਹਦੇ 'ਤੇ ਕਰਿਆ ਕੀ ਹੈ ਇਹ ਤਾਂ ਦੱਸੋ ਨਾ ਕ੍ਰਿਟੀਸਾਈਜ਼ ਕਰਨਾ ਬੜਾ ਸੌਖਾ ਹਰੇਕ ਨੂੰ ਤੁਸੀਂ ਕਹਿ ਦਿਓ ਇਹਨੇ ਮਾੜਾ ਕਰੇ ਇਹਨੇ ਮਾੜਾ ਕਰੇ ਇਹਨੇ ਮਾੜਾ ਕਰਕੇ ਤਾਂ ਦਿਖਾਓ ਨਾ ਠੀਕ ਹੈ ਖੁਸ਼ਲਾ ਸਾਹਿਬ ਲਾਸਟ ਕਮੈਂਟ ਤੁਹਾਡੇ ਚਾਹੀਦੇ ਮੈਨੂੰ ਪੰਜਾਬ ਦਾ ਖਜ਼ਾਨਾ ਖਾਲੀ ਕਰਨ ਲਈ ਕੌਣ ਜ਼ਿੰਮੇਵਾਰ ਹੈ ਮੈਂ ਪਹਿਲਾਂ ਵੀ ਦੱਸਿਆ ਜੀ ਪੰਜਾਬ ਦਾ ਖਜ਼ਾਨਾ ਖਾਲੀ ਕਰਨ ਲਈ ਸੈਂਟਰ ਸਰਕਾਰ ਵੀ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਇਕੱਲੀ ਕੇਂਦਰ ਸਰਕਾਰ ਜ਼ਿੰਮੇਵਾਰ ਤਾਂ ਨਹੀਂ ਮੈਂ ਦੋਨੋਂ ਕਿਹਾ ਜੀ ਮਿਸਪਲੇਸਡ ਦੋਨਾਂ ਦੀ ਜ਼ਿਆਦਾ ਕੌਣ ਜ਼ਿੰਮੇਵਾਰ ਹੈ ਦੋਨੋਂ ਹੀ ਹੈ ਜੀ ਕੇਂਦਰ ਸਰਕਾਰ ਦੀਆਂ ਨੀਤੀਆਂ ਜਾਂ ਪੰਜਾਬ ਦੀਆਂ ਆਪਦੀਆਂ ਨੀਤੀਆਂ ਪੰਜਾਬ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਜਿਹੜੀਆਂ ਪੰਜਾਬ ਸਰਕਾਰ ਤੇ ਵੀ ਆਈਆਂ ਨੇ ਪੰਜਾਬ ਦੇ ਨਾਲ ਬਾਦਲ ਸਹੀ ਰੋ ਰਹੇ ਬਿਲਕੁਲ ਠੀਕ ਰੋ ਰਹੇ ਹੈ ਜੀ ਇਸ ਵੇਲੇ ਤੋਂ ਬਿਲਕੁਲ ਠੀਕ ਰੋ ਰਹੇ ਨੇ ਉਹ ਗਲਤ ਨਹੀਂ ਰੋ ਰਹੇ ਮੈਂ ਇੱਕ ਚੀਜ਼ ਹੋਰ ਇਹਦੇ 'ਚ ਐਡ ਕਰ ਦਿੰਦਾ ਜੀ ਦੇਖੋ ਹੁਣ ਹੋਣਾ ਕੀ ਹੈ ਹੁਣ ਸਟੇਟਸ ਨੇ ਆਪਣੇ ਟੈਕਸ ਲਾਉਣੇ ਆ GST ਤੋਂ ਬਾਹਰ ਭਾਵੇਂ ਸੈਸ ਫਿਊਲ ਦਾ ਲੱਗੇ ਚਾਹੇ ਉਹ ਵਹੀਕਲ ਦੀ ਰਜਿਸਟ੍ਰੇਸ਼ਨ ਦੇ ਉੱਤੇ ਲੱਗੇ ਭਾਵੇਂ ਰੀਅਲ ਇਸਟੇਟ 'ਤੇ ਲੱਗੇ ਰੀਅਲ ਜਿਹੜਾ GST ਤੋਂ ਬਾਹਰ ਹੈ ਸਰਕਾਰ ਜਿਹੜੀ ਸੈਂਟਰ ਸਰਕਾਰ ਹੈ ਉਹ ਕੰਮ ਕਰ ਰਹੀ ਹੈ ਵੀ ਅਸੀਂ ਦੇਸ਼ ਨੂੰ ਇਨਵੈਸਟਮੈਂਟ ਵਾਲੇ ਪਾਸੇ ਲੈ ਕੇ ਜਾਣਾ ਜਿਹੜੇ ਇਹ ਸੈਸ ਲੱਗਣਗੇ ਇਹ ਹੋਣਗੇ ਜਿਨ੍ਹਾਂ ਨੇ ਡਿਮਾਂਡ ਮਾਰਨੀ ਹੈ ਤਾਂ ਉਹ ਜਿਹੜੀ ਮਿਸਪਲੇਸਡ ਜਿਹੜੀਆਂ ਦੋਨੋਂ ਪਾਸੇ ਦੀਆਂ ਅਪੋਰਚੁਨਿਟੀਜ਼ ਨੇ ਉਹ ਸਾਡੇ ਸਾਹਮਣੇ ਸਮੱਸਿਆ ਖੜੀ ਹੋਣੀ ਹੈ ਨਹੀਂ ਕੁੱਲ ਮਿਲਾ ਕੇ ਇਦਾਂ ਮੈਨੂੰ ਸੌਖੀ ਭਾਸ਼ਾ ਸਮਝਾਇਆ ਕਰੋ ਇਹ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਜਾ ਰਿਹਾ ਬਿਲਕੁਲ ਠੀਕ ਹੈ ਜੀ ਦੋਨੋਂ ਅਲੱਗ ਅਲੱਗ ਪਾਸੇ ਉਹ ਡਿਮਾਂਡ ਸਾਈਡ ਮਾਰਨ ਦੀ ਗੱਲਾਂ ਕਰ ਰਹੇ ਨੇ ਉਹ ਇਨਵੈਸਟਮੈਂਟ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਵਿਚਾਲੇ ਆਮ ਆਦਮੀ ਮਾਰਿਆ ਜਾ ਰਿਹਾ ਦੋਨੋਂ ਕਸੂਰਵਾਰ ਹੈ ਕਿਸੇ ਪਾਸੇ ਦੀ ਦੋਨਾਂ ਦੀ ਸਿੰਕਰੋਨਾਈਜੇਸ਼ਨ ਨਹੀਂ ਹੋ ਰਹੀ ਕਰਦੀ ਹੈ ਵੈਸੇ ਇਹ ਡਿਬੇਟ ਹੈ ਜਿਹੜੀ ਬਹੁਤ ਲੰਬੀ ਜਾ ਸਕਦੀ ਹੈ ਜੀ ਮੇਰੇ ਕੋਲ ਵਕਤ ਨਹੀਂ ਖੁਸ਼ ਹੋ ਤੁਹਾਡਾ ਬਹੁਤ ਧੰਨਵਾਦ ਡਾਕਟਰ ਤੁਹਾਡਾ ਬਹੁਤ ਧੰਨਵਾਦ ਢੀਂਡ ਸਾਹਿਬ ਤੁਹਾਡਾ ਬਹੁਤ ਧੰਨਵਾਦ ਬਹੁਤ ਸਾਰੀ ਸਿਆਸਤ ਹੈ ਜਿਹੜੀ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੀ ਕਿਉਂਕਿ ਉਹ ਜਵਾਬ ਇਸ ਲਈ ਨਹੀਂ ਦੇਣਾ ਚਾਹੁੰਦੀ ਕਿਉਂਕਿ ਪੰਜਾਬ ਦੀ ਜਵਾਨੀ ਇੱਥੋਂ ਜਾ ਰਹੀ ਹੈਗੀ ਹੈ ਅਤੇ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਜਵਾਨੀ ਨਸ਼ੇ ਦੀ ਵਜ੍ਹਾ ਕਰਕੇ ਜਾ ਰਹੀ ਹੈ ਇਕੱਲਾ ਨਸ਼ਾ ਵਜ੍ਹਾ ਨਹੀਂ ਹੈਗਾ ਪੰਜਾਬ ਦੀ ਜਵਾਨੀ ਨੂੰ ਜੇ ਰੁਜ਼ਗਾਰ ਮਿਲੇ ਜੇ ਉਹਨਾਂ ਨੂੰ ਪੜ੍ਹਾਈ ਮਿਲੇ ਤਾਂ ਚੰਗੇ ਸੰਸਕਾਰ ਆ ਜਿਹੜੇ ਪੰਜਾਬੀਆਂ ਦੇ ਹਿੱਸੇ ਹੈਗੇ ਜਿਹੜੇ ਪੰਜਾਬੀਆਂ ਦੀ ਅਣਖ ਦੀ ਗੱਲ ਕਰਦੇ ਹੁੰਦੇ ਸੀ ਜਿਹੜੇ ਪੰਜਾਬ ਦੇ ਜ਼ੋਰ ਦੀ ਗੱਲ ਕਰਦੇ ਹੁੰਦੇ ਸੀ ਕਿ ਉਹ ਹੁਣ ਸਿਰਫ ਇੱਥੇ ਪ੍ਰਦੂਸ਼ਣ ਦੀ ਗੱਲ ਕਰਦੇ ਪਏ ਹੈਗੇ ਆ ਪੰਜਾਬ ਤੋਂ ਭੱਜਣ ਦੀ ਗੱਲ ਕਰਦੇ ਪਏ ਹੈਗੇ ਆ ਪੰਜਾਬ ਵਿੱਚ ਬਹੁਤ ਸਾਰੇ ਕੁਦਰਤੀ ਸਰੋਤ ਹੈਗੇ ਆ ਜਿਨ੍ਹਾਂ ਦੇ ਦਮ 'ਤੇ ਪੰਜਾਬ ਆ ਜਿਹੜਾ ਅੱਗੇ ਵੱਧ
उसका भी बहुत वड्डा हिस्सा जिहड़ा पंजाब नूं मार रहा है, सरहदी सूबा पंजाब दा ओह भी पंजाब नूं खराब कर रहा है। पर पंजाब नूं जिहड़े पैकेज मिलने चाहिए सी, इंडस्ट्री दे पैकेज, काले दौर वेले जिहड़े पैकेज मिलने चाहिए सीगे, पंजाब दे पानीआं दी जिहड़ी लुट होई आ, पंजाब दे पानी जिहड़े खराब होए आ, हवा जिहड़ी पंजाब दी खराब कीती गई आ, जिहड़ियां मारू नीतियां सीगियां केंद्र सरकारां दीआं, उन्हां ने पंजाब नूं खराब कीता। इस करके पंजाब नूं सिउंक लगी आ, कल्ले रोण नाल कुछ नहीं होणा, का उठना पैणा, हमला मारना पैणा। ये नहीं कहना चाहिए कि हुण पंजाब दा कुछ नहीं हो सकता, हो सकता है हुण भी उठ जाओ, डुल्ले बिरां दा कुछ नहीं विगड़िया गा, असीं सब तुहाडे नाल खड़े हाँ। पर पंजाब नूं बचाउणा बहुत अहम है, जे पंजाब नूं ना बचाया जा सकिया तो विरोधी तो चाहुंदे आ कि पंजाब जल्दी खत्म हो जाए। हुण तुसीं विरोधियां नाल खड़ना कि आपदे नाल खड़ना, ये देख लो, सियासत नूं भी सिर जोड़ना पैना। बहुत धन्यवाद।